ਸਾਹਿਬ ਤਾਰ ਕੇ ਮੂਰਤ ਹੈ ਜਗਿਆਓ, ਨਾਨਕ ਗੁਰੂ ਗੋਬਿੰਦ ਸਿੰਘ ਗੁਰੇ ਅਵਤਾਰ, ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ, ਅੰਮ੍ਰਿਤ ਗਿਆਨ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਬੰਦੋ ਕਰ ਕਹੋ ਟਲ ਗੁਰ ਸੇਵੀਐ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਵਾਸ, ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਦੋਤਕੇ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰਗ ਪ੍ਰਸਾਦ ਮਹਾ ਮਹਾ ਮੁਹਮਾਰਖੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਰਾਵੀ ਦੇ ਕਿਨਾਰੇ ਸੰਗਤਾਂ ਨੂੰ ਬੈਠੇ ਦਰਸ਼ਨ ਦੇ ਰਹੇ ਹਨ। ਮਾਘ ਦੇ ਮਹੀਨੇ ਦੀ ਸੰਗਰਾਂਦ ਸੀ, ਉਸ ਦਿਨ ਬਸੰਤ ਰਾਗ ਸ਼ੁਰੂ ਰਾਗੀਆਂ ਨੇ ਕੀਤਾ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਉਪਦੇਸ਼ ਪੁੱਛਿਆ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਬਸੰਤ ਰਾਗ ਆਰੰਭ ਕਰਕੇ ਉਪਦੇਸ਼ ਬਖਸ਼ਿਆ ਹੈ। ਰਾਗ ਬਸੰਤ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਉਚਾਰਨ ਕਰਦੇ ਨੇ, ਘਰ ਪਹਿਲਾ ਪਹਿਲੇ ਸੁਰਦਾਰ ਅੰਦਰ ਚੌਕੇ ਚੌ ਚੌ ਪੌੜੀਆਂ ਵਾਲੇ ਸ਼ਬਦ ਆਉਣਗੇ, ਦੁਦਕੇ ਦੋ ਦੋ ਤੁਕਾਂ ਵਾਲੀਆਂ ਪੌੜੀਆਂ ਆਉਣਗੀਆਂ। ਇੱਕੋ ਦਵਾਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿ ਕਾਲਵਾਦ ਰੂਪ ਕਰਤਾ ਸਾਰੇ ਨਾਮ ਪ੍ਰਸਿੱਧ ਸਾਰੀ ਦੁਨੀਆਂ ਚ, ਅਤੇ ਕਰਤਾ ਸਾਰੇ ਜਗਤ ਰਚਣ ਵਾਲਾ ਪੁਰਖ ਸਾਰੇ ਸਾਹਿਬ ਪੂਰਨ ਨਿਰਭਉ ਭੈ ਤੋਂ ਬਿਨਾ ਨਿਰਵੈਰ ਵੈਰ ਤੋਂ ਰਹਿਤ ਸਰੂਪ, ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ, ਉਹਦਾ ਅਜੂਨੀ ਅਜਨਮਾ ਸਰੂਪ ਹੈ, ਸਹਿਬਲ ਸੁਦੇ ਪ੍ਰਕਾਸ਼ ਸਰੂਪ ਹੈ, ਸਾਰਿਆਂ ਦਾ ਗੁਰੂ ਹੈ ਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਸਤਿਗੁਰਾਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਨੂੰ ਦਸ ਰੂਪ ਧਾਰ ਕੇ ਜੀਆਂ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਰੂਪ ਸੰਸਾਰ ਚ ਹੋ ਕੇ ਕਿਰਪਾ ਕਰਕੇ ਸੰਸਾਰ ਨੂੰ ਉਹਦਾ ਉਧਾਰ ਕੀਤਾ ਹੈ। ਮਹਾ ਮਹਾ ਮੁਬਾਰਕੀ। ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਮਹਾ ਮਹੀਨਿਆਂ ਵਿੱਚੋਂ ਮਾਂ ਨਾ ਮਾਘ ਦਾ ਮਹੀਨਾ ਜਿਹੜਾ ਹੈ ਇਹ ਮੁਬਾਰਕੀ ਵਧਾਈਆਂ ਦੇ ਦੇਣ ਵਾਲਾ ਤੁਸੀਂ ਮੰਨਿਆ ਹੈ ਕਿ ਬਸੰਤ ਰਾਗ ਮਾਘੀ ਵਾਲੇ ਦਿਨ ਸ਼ੁਰੂ ਕਰਦੇ ਹੋ ਤੇ ਹੋਲੇ ਮਹੱਲੇ ਨੂੰ ਸਮਾਪਤ ਕਰ ਦਿੰਦੇ ਹੋ, ਉਦੋਂ ਬਾਅਦ ਰਾਗ ਨੀ ਇਹ ਗਾਉਂਦੇ, ਇਹਨਾਂ ਚਿਰ ਹੀ ਗਾਉਂਦੇ ਰਾਗ ਦਾ। ਹਰ ਵਕਤ ਕੋਈ ਸ਼ਬਦ ਕਿਸੇ ਰਾਗੀ ਨੂੰ ਸ਼ੁਰੂ ਕਰਨਾ ਹੋਵੇ ਪਹਿਲਾਂ ਬਸੰਤ ਗਾਉਂਦੇ ਹੈ, ਇੰਨੀ ਰੁੱਤ ਸਮਝੀ ਹੈ ਬਸੰਤ ਦੀ। ਤੇ ਦੂਸਰੀ ਹਜ਼ੂਰ ਫਰਮਾਉਂਦੇ ਹਨ ਮਹਾ ਮਹਾ ਮੁਬਾਰਕ, ਮਹਾ ਮਹੀਨਿਆਂ ਦੇ ਵਿੱਚੋਂ ਮਹਾ ਮਹੀਨਾ ਮੁਬਾਰਕੀ ਵਧਾਈਆਂ ਵਾਲਾ ਕੌਣ ਕਿਹੜਾ ਹੁੰਦਾ ਹੈ? ਚੜਿਆ ਸਦਾ ਬਸੰਤ, ਜਿਹੜਾ ਬਸੰਤ ਚੜ ਜਾਵੇ ਚੇਲੇ ਮਹੀਨੇ ਤੋਂ ਬਸੰਤ ਚੜਿਆ ਮੰਨਦੇ ਹਨ। ਇਸੇ ਪ੍ਰਕਾਰ ਮਹਾ ਮਹੀਨੇ ਕੌਣ ਹੈ? ਜਨਮ, ਜਿੰਨੀ 84 ਲੱਖ ਜੂਨ ਦੇ ਜਨਮ ਹੈ ਉਹਨਾਂ ਵਿੱਚੋਂ ਮਹਾ ਮਹੀਨਾ ਕੌਣ ਹੈ? ਮਨੁੱਖਾ ਜਨਮ ਚੇਤਣ ਵਾਲਾ ਰੱਬ ਨੂੰ, ਇਹ ਚੇਤ ਦਾ ਮਹੀਨਾ, ਮਹੀਨਿਆਂ ਵਿੱਚੋਂ ਜੋ ਮਨੁੱਖਾ ਜਨਮ ਸਾਨੂੰ ਮਿਲਿਆ ਚੇਤਨ ਤਾਂ ਨਰ ਚੇਤਨ 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 ਹੇਤ ਦਿਓ ਨਾ ਭੋਗਨ ਹੇਤ ਜਗਦੀਸ਼ ਦਿਓ,
ਪਰਮੇਸ਼ੁਰ ਦੇ ਚੇਤੇ ਕਰਨ ਵਾਸਤੇ ਮਨੁੱਖਾਂ ਜਨਮ ਮਿਲਿਆ, ਭੋਗਾਂ ਵਾਸਤੇ ਨਹੀਂ ਮਿਲਿਆ। ਇਸ ਪ੍ਰਕਾਰ ਇਹ ਮਹੀਨਿਆਂ ਜਨਮਾਂ ਵਿੱਚੋਂ ਮਹੀਨਾ ਮਨੁੱਖਾ ਜਨਮ ਮੁਬਾਰਕੀ ਵਧਾਈਆਂ ਦੇ ਦੇਣ ਵਾਲਾ ਹੈ, ਮੁਬਾਰਕੀ ਆਨੰਦ ਦੇ ਦੇਣ ਵਾਲਾ ਹੈ। ਚੜਿਆ ਸਦਾ ਬਸੰਤ, ਇਹਨਾਂ ਦੇ ਚਿੱਤੇ ਸਾਧ ਸਿੰਘ ਜੀ ਸਦਾ ਵਾਰ ਬਸੰਤ ਸ਼ੌਂਕ ਵਸਦਾ ਰੂਪੀ ਬਸੰਤ ਚੜਿਆ ਹੈ, ਸ਼ੌਂਕ ਜਿਹੜਾ ਰੱਬ ਦੇ ਮਿਲਣ ਦਾ ਚੜਿਆ ਹੈ ਤੇ ਬਸੰਤ ਵਸ ਗਿਆ ਜਿਹਨਾਂ ਦੇ ਹਿਰਦੇ ਚ, ਉਹਨੂੰ ਸਦਾ ਬਸੰਤ ਆਨੰਦ ਚੜਿਆ ਹੈ, ਪ੍ਰਾਪਤ ਹੋਇਆ ਹੈ। ਪਰਫੜ ਚਿੱਤ ਸੰਭਾਲ ਸੋਏ, ਇਹ ਭਾਈ ਪਰਫੜ ਚਿੱਤ ਪ੍ਰਫੁੱਲਤ ਕਰਕੇ ਚਿੱਤ ਨੂੰ ਸੰਭਾਲ ਸੋਏ, ਪਰਮੇਸ਼ੁਰ ਨੂੰ ਚੇਤੇ ਕਰ, ਬਹੁਤ ਪ੍ਰਫੁੱਲਤ ਕਰਕੇ ਖੜਾ ਕੇ ਚਿੱਤ ਨੂੰ ਪਰਮੇਸ਼ੁਰ ਨੂੰ ਚੇਤੇ ਕਰ, ਪਰ ਵਿਸ਼ੇਸ਼ ਕਰਕੇ ਵਿਕਾਰਾਂ ਵੱਲੋਂ ਫੜ ਕੇ ਮਨ ਨੂੰ ਚਿੱਤ ਨੂੰ ਚਿਤਵਣੀਆਂ ਵੱਲੋਂ ਪਰਮੇਸ਼ੁਰ ਨੂੰ ਸੰਭਾਲਣਾ ਕਰ। ਸਦਾ ਸਦਾ ਗੋਬਿੰਦ, ਉਹ ਸਦਾ ਰਹਿਣ ਵਾਲਾ ਜੋ ਗੋਬਿੰਦ ਹੈ ਸਦਾ ਆਨੰਦ ਨੂੰ ਉਸਦਾ ਪ੍ਰਾਪਤ ਹੋਵੇਗਾ ਜੀ, ਸਦਾ ਯਾਦ ਕਰੇਗਾ। ਭੋਲਿਆ ਹੋਮੈ ਸੁਰਤ ਵਿਸਾਰ, ਭੋਲਿਆ ਖੜਾ ਦੇ ਤਾਂ ਹੀ ਨੀ ਇੱਥੇ, ਭੋਲਿਆ ਹੋਮੈ ਸੁਰਤ ਵਿਸਾਰ, ਭੋਲਿਆ ਹੋਮੈ ਸੁਰਤ ਵਿਸਾਰ, ਹੇ ਭੋਲਿਆ। ਭੋਲਾ ਸਿੰਧੀ ਦਾ ਬਾਂਦਰ ਨੂੰ ਵੀ ਕਹਿੰਦੇ ਹੈ, ਪਰ ਭੋਲਿਆ ਇੱਥੇ ਨਿਸ਼ਕਪਟ ਦਾ ਸੂਧੇ ਦਾ ਨਾਮ ਹੈ। ਹੇ ਭੋਲੇ ਨਿਸ਼ਕਪਟ ਆਪਣੇ ਅਗਿਆਤ ਪੁਰਖ, ਹੋਮੈ ਸੁਰਤ ਵਿਸਾਰ, ਜਿਹੜੀ ਤੇਰੇ ਅੰਦਰ ਹੋਮੈ ਹੈ ਨਾ, ਇਸ ਨੂੰ ਵਾਹਿਗੁਰੂ ਦੇ ਸਿਮਰਨ ਕਰਨ ਵਾਲੀ ਸੁਰਤ ਵਿਸਾਰ ਛੱਡੀ ਹੈ। ਵਾਹਿਗੁਰੂ ਦੇ ਭਜਨ ਵੱਲ ਸੁਰਤ ਨਹੀਂ ਲੱਗਣ ਦਿੰਦੀ ਹੋਮੈ, ਇਹਨੂੰ ਵਾਹਿਗੁਰੂ ਭੁਲਾ ਛੱਡਿਆ ਤੇਰੇ ਅੰਦਰੋਂ। ਇਹ ਜਿਹੜੀ ਹੋਮੈ ਦੀ ਸੁਰਤ ਹੈ, ਸ੍ਰੇਸ਼ਟ ਪ੍ਰੀਤੀ ਹੈ ਤੇਰੇ ਅੰਦਰ, ਇਹਨੂੰ ਵਿਸਾਰ ਦੇ। ਹੋਮੈ ਤੇਰੇ ਅੰਦਰੋਂ ਪਰਮੇਸ਼ੁਰ ਦੀ ਪ੍ਰੀਤੀ ਜਿਹੜੀ ਸੀ ਸ੍ਰੇਸ਼ਟ ਲੱਗਣੀ ਰੱਜੀ, ਉਹ ਵਿਸਾਰ ਦਿੱਤੀ ਹੈ। ਹੋਮੈ ਮਾਰ ਵਿਚਾਰ ਮਨ, ਜਿਹੜੀ ਹੰਕਾਰ ਨੂੰ ਮਾਰ ਲੈ ਅੰਦਰੋਂ, ਤੇ ਮਾਰ ਕਾਮ ਆਦਿਕਾਂ ਦੀ ਨਿਵਰਤੀ ਕਰ, ਮਾਰ ਮਾਰਨ ਵਾਲੀ ਮਮਤਾ ਨੂੰ ਨਿਵਰਤ ਕਰ ਦੇ, ਮਾਰ ਕਾਲ ਨੂੰ ਵੀ ਮਾਰ ਲੈ, ਵਿਚਾਰ ਕਰ ਸਰੂਪ ਦੀ ਮਨ ਵਿੱਚ, ਗੁਣ ਵਿੱਚ ਗੁਣ ਲੈ ਸਾਰ, ਸਰਬ ਆਦਿਕ ਗੁਣ ਹਿਰਦੇ ਵਿੱਚ ਧਾਰਨ ਕਰਕੇ, ਗੁਣ ਵਿੱਚ ਗਿਆਨ ਆਦਿ ਗੁਣਾਂ ਨੂੰ ਪ੍ਰਾਪਤ ਕਰਕੇ, ਗੁਣ ਲੈ ਸਾਰ ਅਤੇ ਗੁਣ ਸਵਰਾਗ ਵੇਖਣ ਸਮਝੀ ਮੋਖ ਇੱਛਾ ਗੁਣਾਂ ਨੂੰ ਚਮਤਾ ਕਰਨੀ ਧਾਰ ਕਰਕੇ, ਸਰਵਣ ਗਿਆਨ ਮੰਨਣ ਗਿਆਨ ਅਭਿਆਸਨ ਗਿਆਨ ਤਤੰਗ ਦਾ ਸੋਧਨ ਗਿਆਨ ਸਖਿਆਤਾ ਦਾ ਗਿਆਨ ਇਹ ਸਾਰ ਰੂਪ ਦਾ ਗਿਆਨ, ਗੁਣ ਵਿੱਚ ਗੁਣ ਲੈ ਸਾਰ, ਹਿਰਦੇ ਚ ਸਰਦ ਆਵੇ ਗੁਣਾਂ ਦੇ ਸਹਿਤ ਹੋ ਕੇ ਗੁਰਾਂ ਦੇ ਪਾਸੋਂ ਗੁਣ ਗਿਆਨ ਲੈਣਾ ਕਰ ਸਾਰ ਰੂਪ ਦਾ। ਰਹਾ ਕਰ ਪੇੜ ਸਖਾ ਹਰੀ, ਜਿਹੜੇ ਨਿਸਕਾਮ ਕਰਮ ਕਰਨੇ ਹੇ ਭਾਈ, ਅੰਧਾ ਕਰਨ ਨੂੰ ਧਰਤੀ ਬਣਾ ਆਪਦੇ ਨੂੰ, ਮਨਬੁੱਧ ਜਿੱਤ ਹੰਕਾਰ ਨੂੰ, ਅਤੇ ਇਸ ਧਰਤੀ ਬੁੱਧੀ ਰੂਪੀ ਧਰਤੀ ਦੇ ਅੰਦਰ, ਤੇ ਜਿਹੜਾ ਨਿਸਕਾਮ ਕਰਮ ਕਰਨੇ ਹੈ, ਜਿਹੜੀ ਸਰਦਾ ਹੈ ਬੀਜ ਅਤੇ ਸਰਦਾ ਕਰਕੇ ਜਿਹੜਾ ਅਭਿਆਸ ਹੋਣਾ ਹੈ, ਅੰਕੁਰ ਪੈਦਾ ਕਰ, ਇਹਦੇ ਚ ਨਿਸਕਾਮ ਕਰਮ ਜਿਹੜੇ ਕਰਨੇ, ਮੁੱਢ ਬਣਾ, ਇਹ ਮੂਲ ਬਣਾ ਇਸ ਵਿਸ਼ ਦਾ। ਸਾਖਾ ਹਰੀ, ਅਤੇ ਸਾਖਾ ਹਰੀ, ਹਰੀ ਦੀ ਜਿਹੜੀ ਉਪਾਸ਼ਨਾ ਭਗਤੀ ਕਰਨੀ ਹੈ, ਇਹ ਹਰਿਆਵਤ ਬਾਬਾ ਜੀ ਡਾਂਗੀਆਂ ਬਣਾ,
ਧਰਮ ਫੁੱਲ ਫਲ ਗਿਆਨ, ਜਿਹੜਾ ਧਰਮ ਦੀ ਕਿਰਤ ਕਰਨੀ, ਜਿਵੇਂ ਅਠਾਰਾਂ ਅਠਾਰਾਂ ਹਜ਼ਾਰ ਲੜਕੀਆਂ ਸਿੰਘਾਂ ਨੂੰ ਸੱਤਾਂ ਸੱਤਾਂ ਦਿਨਾਂ ਦੇ ਭੁੱਖਿਆਂ ਨੇ ਛੁਡਾ ਕੇ ਫਿਰ ਰੋਟੀ ਖਾਧੀ ਸੀ, ਐਡੇ ਧਰਮੀ ਸਨ। ਇਹ ਜਿਹੜਾ ਧਰਮ ਹੋਣਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਮੁਲਕ ਦੀ ਰੱਖਿਆ ਕਰਨ ਵਾਸਤੇ, ਧਰਮੀ ਸੂਰਬੀਰ ਹੋਣਾ, ਬਹਾਦਰ ਹੋਣਾ, ਜੇ ਤਾਂ ਪ੍ਰੇਮ ਖੇਲ ਕਾ ਚਾਓ ਸਿਰ ਧਰ ਕਲੀ ਗਲੀ ਮੇਰੀ ਆਓ, ਵਿੱਚ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਰਨ। ਜਿਵੇਂ ਬਾਬਾ ਦੀਪ ਸਿੰਘ ਨੇ ਸਿਰ ਦਿਨ ਕੋਹ ਚੱਕ ਕੇ ਲਿਆ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਟਾ ਕੀਤਾ ਸੀ, ਇਹੋ ਜਿਹਾ ਧਰਮ ਦੀ ਪ੍ਰਤੱਗਿਆ ਵਾਲਾ ਪੂਰਾ ਹੋ। ਇਹ ਜਿਹੜਾ ਧਰਮ ਹੈ ਫੁੱਲ ਲੱਗਣਗੇ ਤੈਨੂੰ, ਅਤੇ ਫਿਰ ਫਲ ਗਿਆਨ, ਫਲ ਬ੍ਰਹਮ ਗਿਆਨ ਦੀ ਜਿਹੜੀ ਪ੍ਰਾਪਤੀ ਹੋਣੀ ਹੈ, ਇਹ ਤੈਨੂੰ ਗਿਆਨ ਗਿਆਨ ਰੂਪੀ ਫਲ ਪ੍ਰਾਪਤ ਹੋਵੇਗਾ। ਪਦ ਪ੍ਰਾਪਤ ਸ਼ਾਵਕਣੀ, ਜਿਹੜੀ ਤੇਰੀ ਪਦ ਪ੍ਰਤਿਸ਼ਠਾ ਹੋਣੀ ਹੈ, ਸਾਰੇ ਧੰਨ ਧੰਨ ਕਹਿਣਗੇ, ਵਾਹ ਧਾਨੇ ਦੀ ਮਾਤਾ, ਧਾਨੇ ਦਾ ਪਿਤਾ, ਧੰਨ 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 ਜਲ ਆਇਆ। ਸਾਰੀ ਦੁਨੀਆਂ ਨੇ ਪਦ ਕਰਨੀ, ਜਿਹੜੀ ਇੱਜ਼ਤ ਕਰਨੀ ਹੈ, ਇਹ ਪ੍ਰਾਪਤ ਪੱਤੇ ਲੱਗਣਗੇ ਤੈਨੂੰ। ਇਸ ਪ੍ਰਕਾਰ ਜਿਹੜੀ ਪਦ ਪ੍ਰਾਪਤ ਹੋਣੀ ਹੈ ਨਾ ਸਾਰੀ ਦੁਨੀਆਂ ਵਿੱਚ, ਨਾਨਕ ਧਰਮ ਐਸੇ ਜਵਾਦੀ ਤੋਂ ਭਵਨ ਪ੍ਰੀਤ, ਇਹ ਪੱਤੇ ਲੱਗਣਗੇ ਤੇਰੇ ਤਾਂ, ਇਹੀ ਜਿਹੜੀ ਪਦ ਹੋਵੇਗੀ ਤੇਰੀ ਸ਼ਾਵ ਕਣੀ, ਅਤੇ ਸ਼ਾਵ ਸ਼ਾਂਤੀ ਜਿਹੜੀ ਹੋਣੀ ਤੇਰੇ ਚਿੱਤ ਨੂੰ, ਬਿਲਕੁਲ ਮਨ ਠੰਡਾ ਹੋ ਜਾਵੇਗਾ, ਇਹ ਘਣੀ ਸ਼ਾਂ ਹੋਵੇਗੀ ਤੈਨੂੰ, ਇਹ ਬਹੁਤੀ ਸ਼ਾਂਤੀ ਨੂੰ ਸ਼ਾਨ ਹੋਵੇਗੀ ਤੇਰੇ ਪਾਸ। ਚੁੱਕਾ ਮਨ ਭਗਵਾਨ, ਫਿਰ ਸ਼ਾਂਤੀ ਜਦੋਂ ਸ਼ਾਂ ਕਰਕੇ ਠੰਡ ਹੋ ਜਾਂਦੀ ਹੈ ਤੇ ਤਪਸ਼ ਮਿਲ ਜਾਂਦੀ ਹੈ। ਜਿਹੜਾ ਤੇਰੇ ਮਨ ਦੇ ਅੰਦਰ ਹੰਕਾਰ ਨਾ ਹਿਰਦੇ ਚ, ਇਹ ਜਦੋਂ ਚੱਕਿਆ ਜਾਏ ਤੇ ਤੇਰੀ ਤਪਸ਼ ਮਿਟ ਜਾਏਗੀ। ਅਭਾਨ ਦੀ ਨਿਵਿਰਤੀ ਰੂਪ ਅੱਖੀ ਕੁਦਰਤ ਕੰਨੀ ਬਾਣੀ, ਫਿਰ ਅੱਖਾਂ ਦੇ ਨਾਲ ਕੁਦਰਤੀ ਪਰਮੇਸ਼ੁਰ ਨੂੰ ਵੇਖ ਸਾਰਿਆਂ ਥਾਵਾਂ ਚ, ਕਿ ਵਿਹਾਰੀ ਤੋਂ ਵਸਿਆ ਦਰਾਂਤਰਾਂ ਜਾਰੀ ਰੱਖਿਆ, ਉਹ ਕੁਦਰਤੀ ਦੇ ਨਜ਼ਾਰਿਆਂ ਨੂੰ ਵੇਖ ਕੇ ਉਸੇ ਸਰੂਪ ਦੇ ਸੁਹਾਪਣ ਵਿੱਚ ਲੱਗਾ ਰਹੋ ਹਰ ਵਕਤ। ਅੱਖਾਂ ਨਾਲ ਕੁਦਰਤੀ ਪਰਮੇਸ਼ੁਰ ਨੂੰ ਵੇਖ, ਉਹਦੀ ਕਿਹੀ ਜੀ ਸ਼ਕਤੀ ਹੈ, ਜੇ ਅੰਡ ਤੇ ਬ੍ਰਹਿਮੰਡ ਕਿੰਨੇ ਸੌ ਚੌਦਾਂ ਖੰਡ, ਫਿਰ ਉਸ ਕੁਦਰਤੀ ਨੂੰ ਵੇਖਣਾ ਕਰ ਜਿਸ ਪਰਮੇਸ਼ੁਰ ਨੇ ਇਸ ਪਾਣੀ ਦੇ ਜਿੰਦੂ ਘਰਿਆ, ਮਾਟੀ ਕਾਲੇ ਦੇਹਰਾ ਕਰਿਆ, ਉਹਦੀ ਕੁਦਰਤ ਨੂੰ ਵੇਖਣਾ ਕਰ ਕੁਦਰਤ, ਅੱਖਾਂ ਦੇ ਨਾਲ ਉਸ ਕੁਦਰਤੀ ਨੂੰ ਵੇਖ, ਉਹਦੀ ਕੁਦਰਤ ਸ਼ਕਤੀ ਨੂੰ ਵੇਖ, ਕੰਨੇ ਬਾਣੇ ਅਤੇ ਕੰਨਾਂ ਚ ਉਸ ਤੋਂ ਨਿੰਦਿਆ ਨਾ ਸੁਣਿਆ ਕਰਕੇ ਹੈਦੀ ਮਾਰਾ ਦੀ ਬਾਣੀ ਤੇਰੇ ਕੰਨਾਂ ਚ ਪਵੇ, ਇਹੋ ਜਿਹਾ ਜੀਵਨ ਬਣਾ ਲਾ ਆਪਣਾ। ਮੁੱਖ ਆਖਣ ਸੱਚ ਨਾਮ, ਅਤੇ ਮੁੱਖੋਂ ਵੀ ਵੇਲਾ ਨਾ ਰੱਖਿਆ ਕਰ ਮੂੰਹ ਨੂੰ, ਮੁੱਖ ਨਾਲ ਵੀ ਸੱਚੇ ਨਾਮ ਨੂੰ ਆਖਿਆ ਕਰ ਮਹਾਰਾਜ ਦੇ ਨੂੰ। ਪਤਕਾ ਧਨ ਪੂਰਾ ਹੋਆ, ਇਸ ਪ੍ਰਕਾਰ ਜੇ ਤੂੰ ਭਾਈ ਧਾਰਨ ਕਰੇਗਾ ਤਾਂ ਪਦ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਜਿਹੜੀ ਪਦ ਹੋਣੀ ਨਾ ਪ੍ਰਤਿਸ਼ਠਾ, ਇਹ ਤੈਨੂੰ ਪੂਰਨ ਬ੍ਰਹਮਾਨੰਦ ਰੂਪੀ ਧਨ ਪੂਰਨ ਪ੍ਰਾਪਤ ਹੋਏਗਾ। ਲਾਗਾ ਸਹਿਜ ਧਿਆਨ, ਸੁਦੇ ਹੀ ਮਨ ਜਿਹੜਾ ਬ੍ਰਹਮ ਚ ਲੱਗ ਜਾਏਗਾ, ਇਸ ਇਹ ਪਦ ਇੱਜ਼ਤ ਵਾਲਾ ਤੁਹਾਨੂੰ ਧਨ ਪ੍ਰਾਪਤ ਹੋਵੇਗਾ। ਸਹਿਜੇ ਹਰ ਵਕਤ ਧਿਆਨ ਜੁੜਿਆ ਰਹੁ ਵਾਹਿਗੁਰੂ ਵਿੱਚ, ਮਹਾਰੁਤੀ ਆਵਣਾ, ਤੇ ਜੇ ਤੁਸੀਂ ਮਹਾਰਾਜ ਦਾ ਭਜਨ ਨਾ ਕਰੋਗੇ, ਇਹੋ ਜਿਹਾ ਤੁਸੀਂ ਕਲਪ ਦਰ ਬਿਰਸ਼ ਨਾ ਪੈਦਾ ਕਰੋਗੇ, ਜਿਹੋ ਜਿਹਾ ਕਸਰ ਕੀਤਾ ਫਿਰ ਮਹੀਨਿਆਂ ਦੀ ਗਿਣਤੀ ਜੀ ਪਿਆ ਰਿਹਾ ਕਰੋਗੇ,
ਰੁੱਤਾਂ ਦੇ ਹਿਸਾਬ ਵਿੱਚ ਹੀ ਪੇ ਰਿਹਾ ਕਰੋਗੇ। ਦੇਖੋ ਕਰਮ ਕਮਾਏ, ਇਉਂ ਮਹੀਨਿਆਂ ਤੇ ਰੁੱਤ ਵੇਖ ਲਓ ਆਉਂਦੇ ਹੀ ਰਹਿਣੇ ਆ ਵਾਰ ਵਾਰ, ਕਦੇ ਕੋਈ ਮਹੀਨਾ ਆ ਗਿਆ, ਕਦੇ ਕੋਈ ਰੁੱਤ ਆ ਗਈ। ਇਸੇ ਪ੍ਰਕਾਰ ਦਿਨ ਸੋ ਰਣ ਦੇ ਸੰਸਾਰ ਜਿਸ ਪ੍ਰਕਾਰ ਰੁੱਤਾਂ ਦੇ ਦਿਨ ਆਉਂਦੇ ਆ ਮਹੀਨੇ, ਇਸੇ ਪ੍ਰਕਾਰ ਕਰਮ ਕਮਾਉਣ ਵਾਲਾ ਆਦਮੀ ਜੇ ਤੁਸੀਂ ਸਕਾਮ ਕਰਮਾਂ ਨੂੰ ਕਰਦੇ ਰਹੋਗੇ ਤੇ ਨਿਖਿਤ ਕਰਮਾਂ ਨੂੰ ਕਮਾਉਂਦੇ ਰਹੋਗੇ, ਵੇਖ ਲਓ ਤੁਸੀਂ ਇਵੇਂ ਜਾਓਗੇ, ਜੰਮਦੇ ਮਰਦੇ ਰਹੋਗੇ, ਕਦੇ ਮੁਕਤ ਨਹੀਂ ਤੁਹਾਡੇ ਹੋਵੇ ਜੀ। ਨਾਨਕ ਹਰੇ ਨਾ ਸੂਕੇ, ਜੇ ਕਰਕੇ ਭਾਈ ਇਹੋ ਜਿਹਾ ਤੁਸੀਂ ਕਲਪਤਰ ਬਿਰਸ਼ੰਦਰ ਲਾ ਲਓਗੇ ਪ੍ਰੇਮ ਦਾ, ਫਿਰ ਹਰੇ ਮਨ ਹੋ ਜਾਣਗੇ ਪਰਮੇਸ਼ਰ ਨਾਲ ਮਿਲ ਕੇ, ਕਦੇ ਸੁੱਕੇ ਸੁੱਕਣਗੇ ਨੀ, ਸੋਗ ਕਰਕੇ ਸੁੱਕਣਗੇ ਨੀ, ਤੇ ਹੰਕਾਰ ਕਰਕੇ ਸੁਕਾਰੇ ਮਾਰਨ ਜੋਗੇ ਨੀ ਰਹੋਗੇ ਕਿ ਅਸੀਂ ਇਹੋ ਜਿਹੇ ਹਾਂ। ਇਹ ਵੀ ਹੰਕਾਰ ਫੁਰੇਗਾ ਤੇ ਨਾ ਸੋਗ ਨਾਲ ਸੁੱਕੋਗੇ। ਜੇ ਗੁਰਮੁਖ ਰਹੇ ਸਮਾ, ਜਿਹੜੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਵਾਹਿਗੁਰੂ ਚ ਲੀਨ ਹੋ ਰਹੇ ਹੈ, ਉਹ ਕਦੇ ਸੁੱਕਣਗੇ ਨੀ ਸਾਧ ਸੰਗਤ ਜੀ, ਪਰਮੇਸ਼ਰ ਚ ਲੀਨ ਹੋ ਜਾਣਗੇ, ਅਭੇਦ ਹੋ ਜਾਣਗੇ। ਮਹਲਾ ਪਹਿਲਾ ਬਸੰਤ ਰੁੱਤ ਆਈ ਲੈ ਸਰਸ ਬਸੰਤ ਮਾਹੇ। ਹੁਣ ਫੇਰ ਮਹਾਰਾ ਬਸੰਤ ਰੁੱਤ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਹਨ। ਰੁੱਤ ਆਈ ਲੈ ਸਰਸ ਬਸੰਤ ਮਾਹੇ, ਅਰੇ ਹੇ ਭਾਈ ਇਹ ਬਸੰਤ ਦੀ ਰੁੱਤ ਆਈ ਸਹਿਤ ਰਸ ਦੇ, ਇਹ ਮਹੀਨੇ ਦੀ, ਇਹ ਮਹੀਨਾ ਜਿਹੜਾ ਹੈ ਉਤਕ੍ਰਿਸ਼ਟ, ਇਹ ਬਸੰਤ ਰੁੱਤ ਆਈ ਹੋਈ ਹੈ। ਇਸੇ ਪ੍ਰਕਾਰ ਰੁੱਤ ਮਨੁੱਖਾ ਜਨਮ ਦੀ ਜਿਹੜੀ ਆਈ ਹੈ ਨਾ 84 ਲੱਖ ਜੂਨ ਵਿੱਚੋਂ, ਲੈਣਾ ਕਰ ਪਰਮੇਸ਼ਰ ਦੇ ਨਾਮ ਨੂੰ ਸਹਿਤ ਰਸ ਪ੍ਰੇਮ ਦੇ। ਇਹ ਬਸੰਤ ਸ਼ੌਂਕ ਅਵਸਥਾ ਦਾ ਮਹੀਨਾ ਹੈ, ਸ਼ੌਂਕ ਅਵਸਥਾ ਰੂਪੀ ਮਾਂ ਉਤਕ੍ਰਿਸ਼ਟ, ਇਹ ਤੇਰੇ ਤਾਈ ਮਹੀਨਾ ਮਨੁੱਖਾ ਜਨਮ ਜਿਹੜਾ ਹੈ ਇਹ ਉਤਕ੍ਰਿਸ਼ਟ, ਸਾਰਿਆਂ ਨਾਲੋਂ ਉੱਚਾ ਚੰਗਾ ਸ੍ਰੇਸ਼ਟ ਤੈਨੂੰ ਪ੍ਰਾਪਤ ਹੋਇਆ ਹੈ। ਇਹ ਮਨੁੱਖਾ ਜਨਮ ਰੂਪੀ ਜੋ ਤੈਨੂੰ ਸੋਹਣਾ ਮਹੀਨਾ ਪ੍ਰਾਪਤ ਹੋਇਆ ਚੇਤ ਦਾ ਬਸੰਤ ਦਾ, ਇਹਦੇ ਚ ਪਰਮੇਸ਼ਰ ਨੂੰ ਵਸਾਉਣਾ ਕਰ ਤੇ ਸਹਿਜ ਪ੍ਰੇਮ ਦੇ ਅਧਿਕਤਾ ਨੂੰ ਪ੍ਰਾਪਤ ਹੋ। ਇਹ ਪਰਮੇਸ਼ਰ ਦੇ ਮਿਲਣ ਦੀ ਕਲਯੁਗ ਦਾ ਜਮਾਨਾ ਜਿਹੜਾ ਇਹ ਸੋਹਣੀ ਤੈਨੂੰ ਰੁੱਤ ਆ ਕੇ ਪ੍ਰਾਪਤ ਹੋਈ ਹੈ, ਹੁਣ ਨਾਮ ਦੀ ਰੁੱਤ ਹੈ ਜਪਣ ਦੀ। ਰੰਗ ਰਾਤੇ ਰਵੈ ਤੇਰਾ ਚਾਰ, ਇਹ ਮਹਾਰਾਜ ਜਿਹੜੇ ਤੇਰੇ ਪ੍ਰੇਮ ਚ ਰੰਗੇ ਹੋਏ ਹੈ ਉਹ ਰੰਗ ਰਾਤੇ ਮਨ ਕਰਕੇ ਵੀ ਰੰਗੇ ਰੱਤੇ, ਮਨ ਕਰਕੇ ਵੀ ਤੇਰੇ ਪ੍ਰੇਮ ਚ ਰੱਤੇ ਹੋਏ ਹੈ, ਤੇ ਰਵੈ ਉਚਾਰਨ ਕਰਦੇ ਬਾਣੀ ਕਰਕੇ ਤੈਨੂੰ ਚਾ ਉਤਸ਼ਾਹ ਦੇ ਨਾਲ। ਰੰਗ ਰੰਗ ਰਾਤੇ ਰਵੈ ਤੇਰਾ ਚਾਏ, ਉਹ ਮਹਾਰਾਜ ਰੰਗ ਪ੍ਰੇਮ ਚ ਰੱਤੇ ਹੋਏ ਹਨ ਮਨ ਕਰਕੇ, ਤੇ ਰਵੈ ਉਚਾਰਨ ਕਰਦੇ ਬਾਣੀ ਕਰਕੇ ਤੇਰੇ ਗੁਣਾਂ ਨੂੰ ਚਾ ਉਤਸ਼ਾਹ ਦੇ ਨਾਲ। ਜਿਸ ਪੂਜ ਚੜਾਵਾ ਲੱਗੋ ਪਾਏ, ਇਹ ਵੀ ਉਹ ਜਾਣਦੇ ਕਿ ਮਹਾਰਾਜ ਹੁਣ ਤੂੰ ਸਾਰਿਆਂ ਚ ਵਿਆਪਕ ਹੈ, ਹਾਂਜੀ ਕਿਹੜੇ ਮੂਰਤ ਦੀ ਮੈਂ ਪੂਜਾ ਕਰਿਆ ਕਰਾਂ ਤੇ ਕਿਹਦੇ ਪੈਰੀ ਲੱਗਿਆ ਕਰਾਂ, ਕਿ ਮੈਂ ਸੱਚੇ ਪਾਤਸ਼ਾਹ ਇਸ ਕਰਕੇ ਕਿਸੇ ਮੂਰਤੀ ਨੂੰ ਪੂਜਨ ਨਹੀਂ ਕਰਦਾ ਤੇ ਨਾ ਮੈਂ ਕਿਸੇ ਦੇ ਪੈਰੀ ਲੱਗਦਾ ਹਾਂ, ਸਾਰਿਆਂ ਚ ਤੂੰ ਵਿਆਪਕ ਹੈ, ਜਦੋਂ ਮੈਂ ਕਿਹਦੇ ਕਿਹਦੇ ਪੈਰੀ ਪਾਵਾਂ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਚੜਾਵਾ ਲੱਗੋ ਪਾਏ, ਕਿਸ ਦੀ ਅਸੀਂ ਪੂਜਾ ਚੜਾਈਏ ਤੇ ਕਿਹਦੇ ਪੈਰੀ ਲੱਗੀਏ,
ਇਹ ਮਨੁੱਖਾ ਜਨ ਤੇਰੀ ਪ੍ਰਾਪਤੀ ਦਾ ਸਥਾਨ ਹੈ, ਤੂੰ ਸਾਰਿਆਂ ਦੀ ਵਿਆਪਕ ਹੈ। ਤੇਰਾ ਦਾਸਨ ਦਾਸ ਕਹੋਰਾ, ਮਹਾਰਾਜ ਤਾਂ ਤੇਰੇ ਸੇਵਕਾਂ ਦੇ ਸੇਵਕ ਹਾਂ, ਫੇਰ ਆ ਪ੍ਰਕਾਸ਼ ਰੂਪ ਰਾਜਾ ਰੂਪ ਤੇਰਾ ਹੀ ਜਸ ਕਹਿੰਦੇ ਹਾਂ, ਇਹੋ ਹੀ ਮਹਾਰਾਜ ਤੇਰਾ ਪੂਜਨ ਕਰਦੇ ਹਾਂ, ਹੋਰ ਅਸੀਂ ਪੂਜਨ ਨਹੀਂ ਜਾਣਦੇ ਹਾਂ। ਜਗ ਜੀਵਨ ਜਗਤ ਨਾ ਮਿਲੇ ਕਾਏ, ਇਹ ਸਾਰੇ ਜਗ ਦੇ ਜੀਵਨ ਰੂਪ ਪਰਮੇਸ਼ਰ ਭਾਵੇਂ ਕਿੰਨੀਆਂ ਯੁਗਤੀਆਂ ਦੁਨੀਆਂ ਜਾਣਦੀ ਹੈ, ਪਰ ਕਿਸੇ ਯੁਗਤੀ ਕਰਕੇ ਤੂੰ ਮਿਲ ਨਹੀਂ ਸਕਦਾ ਇਹਨਾਂ ਯੁਗਤੀਆਂ ਵਾਲਿਆਂ ਨੂੰ। ਰਹਾ ਤੇਰੀ ਮੂਰਤ ਏਕਾ ਬਹੁਤ ਰੂਪ, ਇਹ ਮਹਾਰਾਜ ਤੇਰਾ ਨਿਰਗੁਣ ਸਰੂਪ ਜਿਹੜਾ ਹੈ ਉਹ ਇੱਕੋ ਹੀ ਸਾਰਿਆਂ ਵਿੱਚ ਤੇਰੀ ਮੂਰਤ ਹੈ, ਸਾਰੇ ਬਰਾਡ ਰੂਪ ਤੋਂ ਆਪ ਹੀ ਕੋਈ ਹੋ ਰਿਹਾ ਹੈ, ਤੇ ਅਵਤਾਰਾਂ ਦੇ ਤੇ ਸਰਗੁਣ ਚ ਬਾਹਲੇ ਰੂਪ ਹੈ, ਕਿਤੇ ਕੋਈ ਰੂਪ ਹੈ ਕਿਤੇ ਕੋਈ ਰੂਪ ਹੈ, ਅਸੀਂ ਕਿਹਨੂੰ ਕਿਹਨੂੰ ਮੰਨਦੇ ਫਿਰੀਏ ਤੈਨੂੰ ਛੱਡ ਕੇ। ਨਿਰਗੁਣ ਨੂੰ ਸਾਰਿਆਂ ਚ ਜਾਂ ਜਾਂ ਦੇਖਾਂ ਦਾ ਜੋਤ ਤੁਮਾਰੀ, ਜਿੱਥੇ ਵੇਖੇ ਤੇਰੀ ਜੋਤ ਵੇਖਦੇ ਹਾਂ, ਅਸੀਂ ਤੇਰੀ ਚੇਤਨਤਾ ਵੇਖਦੇ ਹਾਂ। ਬਹੁਤ ਰੂਪ ਅਤੇ ਬਾਹਲੇ ਰੂਪ ਆਕਾਰ ਹਨ ਜਿਹੜੇ, ਕੋਈ ਕਿਤੇ ਕੋਈ ਨਰਸਿੰਘ ਦਾ ਆਕਾਰ ਹੈ, ਕਿਤੇ ਬਰਾਹ ਦਾ ਆਕਾਰ ਹੈ, ਕਿਤੇ ਬਾਵਨ ਦਾ ਆਕਾਰ ਹੈ, ਕਿਤੇ ਰਾਮ ਹੈ, ਕਿਤੇ ਕਾਣ ਹੈ, ਇਹ ਬਹੁਤ ਸਾਰੇ ਰੂਪ ਆਕਾਰ ਹਨ। ਕਿਹਦੇ ਪੂਜ ਚੜਾਵੋ ਦੇਵ ਧੂਪ, ਅਸੀਂ ਮਹਾਰਾਜ ਕਿਹਦੀ ਕਿਹਦੀ ਪੂਜਾ ਚੜਾਈਏ ਤੇ ਕਿਹਨੂੰ ਕਿਹਨੂੰ ਧੂਪ ਦਿਖਾਈਏ, ਏਦਾਂ ਤੈਨੂੰ ਹੀ ਜਪਦੇ ਹਾਂ, ਇਹੋ ਸਭ ਕੁਝ ਜਾਣਿਆ ਹੋਇਆ ਹੈ, ਕਿਸ ਪੂਜ ਚੜਾਵੋ, ਹੋਰ ਆਕਾਰਾਂ ਧਾਰੀਆਂ ਦੀ ਕਿਹਦੀ ਪੂਜਾ ਚੜਾਉਣਾ ਕਰੀਏ, ਕੋਈ ਬੱਕਰੇ ਛੱਤਰੇ ਕੁਰਬਾਨੀਆਂ ਦੇਈਏ, ਅਤੇ ਕਿਹਨੂੰ ਧੂਪਾਂ ਤੁਖਾ ਤੁਖਾ ਕੇ ਬੱਤੀਆਂ ਦਿਖਾਉਂਦੇ ਫਿਰੀਏ। ਤੇਰਾ ਅੰਤ ਨਾ ਪਾਇਆ ਕਹਾਂ ਪਾਇਆ, ਇਹ ਮਹਾਰਾਜ ਤੇਰਾ ਅੰਤ ਇਹਨਾਂ ਜੀਵਾਂ ਨੂੰ ਪਾਇਆ ਨੀ ਪਿੱਛੇ, ਤੇ ਹੁਣ ਵੀ ਨੀ ਪਾਇਆ, ਕਹਾਂ ਪਾਇਆ, ਅੱਗੇ ਕਿਸੇ ਨੂੰ ਕਿਹਨੂੰ ਪਾਉਣਾ ਹੈ ਤੇਰਾ ਅੰਤ, ਅੱਗੇ ਨੂੰ ਵੀ ਕੋਈ ਅੰਤ ਨੀ ਪਾ ਸਕੇਗਾ। ਤੇਰਾ ਦਾਸਨ ਦਾਸ ਕਹੋਰਾ, ਇਹ ਮਹਾਰਾਜ ਤੇਰਾ ਅੰਤ ਨੀ ਪਾਇਆ, ਵੀ ਕਿੱਥੇ ਤੇਰਾ ਸੀਸ ਹੈ ਤੇ ਕਿੱਥੇ ਤੇਰੇ ਚਰਨ ਹਨ, ਤੇ ਅੱਗੇ ਨੂੰ ਕਿਸੇ ਨੂੰ ਕੀ ਪਾਉਣਾ ਹੈ। ਤੇਰਾ ਦਾਸਨ ਦਾਸ ਕਹੋਰਾ, ਇਹ ਪਰਮੇਸ਼ਰ ਤੇਰੇ ਸੇਵਕਾਂ ਦਾ ਸੇਵਕ ਬਣ ਕੇ ਨਿਮਰਤਾ ਦੇ ਨਾਲ ਮਨ ਬਾਣੀ ਸੀ ਕਰਕੇ ਆਪਦਾ ਜਸ ਉਚਾਰਨ ਕਰਦੇ ਹਾਂ। ਤੇਰੇ ਸੱਠ ਸੰਬਤ ਸੰਬਤ ਸਭ ਤੀਰਥ, ਇਸ ਦੇ ਪਾਤਸ਼ਾਹ ਤੇਰੇ ਸੱਠ ਸੰਬਤ ਸਭ ਤੀਰਥ, ਸੱਠ ਸੰਬਤ ਵੀਹ ਵਰੇ ਸਾਸਨ ਜੋ ਬਰਮਾ ਦੇ ਹੁੰਦੇ ਹੈ, ਉਸ ਵੇਲੇ ਬਰਮਾ ਦੀ ਦਿਸ਼ੀ ਚ ਬਾਹਲਾ ਜਗ ਦੀ ਉਤਪਤੀ ਹੁੰਦੀ ਹੈ, ਅਤੇ ਜਿਸ ਵੇਲੇ ਸ਼ਿਵ ਜੀ ਦੇ 20 ਵਰੇ ਹੁੰਦੇ ਹੈ ਉਦੋਂ ਲੜਾਈਆਂ ਪੜਾਈਆਂ ਤੇ ਨਾਸ਼ ਬਹੁਤ ਲੋਕ ਹੁੰਦੇ ਹੈ। ਜਦੋਂ ਵਿਸ਼ਨੂੰ ਦੀ ਦਿਸ਼ੀ ਹੁੰਦੀ ਹੈ ਉਹਦੇ ਚ ਸਾਧ ਸੰਗਤ ਜੀ ਬਾਹਲਾ ਅੰਨ ਆਦਿਕ ਪੈਦਾ ਹੁੰਦਾ ਤੇ ਪਾਲਣਾ ਹੁੰਦੀ ਹੈ। ਇਸ ਪ੍ਰਕਾਰ ਇਹ ਜਿਵੇਂ ਤਿੰਨਾਂ ਦੇਵਤਿਆਂ ਨੇ ਬੀਸੀਆਂ ਸੱਠ ਸੰਬਤ ਬਣ ਗਏ, ਇਸ ਪ੍ਰਕਾਰ ਤੇਰੇ ਸੱਠ ਸੰਬਤ ਸਭ ਤੀਰਥ, ਤਿੰਨਾਂ ਦੇਵਤਿਆਂ ਨੇ ਜਿਹੜੀਆਂ ਬੀਸੀਆਂ ਤਿੰਨੇ ਇਹ ਸੱਠ ਸੰਬਤ ਬਣ ਗਏ ਤੇਰੇ, ਤੇ ਸਾਰੇ ਤੀਰਥਾਂ ਦੇ ਅੰਦਰ ਤੂੰ ਹੀ ਨਿਵਾਸ ਕਰ ਰਿਹਾ ਹੈ, ਸਾਰੇ ਤੀਰਥ ਵੀ ਤੇਰੇ ਚਰਨਾਂ ਦੀ ਧੂੜ ਹੀ ਹਨ। ਤੇਰਾ ਸੱਚ ਨਾਮ ਪਰਮੇਸ਼ਰ, ਮਹਾਰਾਜ ਤੇਰਾ ਸੱਚਾ ਨਾਮ ਪਰਮੇਸ਼ਰ ਜਿਹੜਾ ਜਪਣਾ, ਸਤ ਨਾਮ ਹਰਦੇ ਵਸਾਈ, ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ, ਇਹ ਜਿਹੜਾ ਸੱਚਾ ਨਾਮ ਪਰਮੇਸ਼ਰ ਹੈ ਤੇਰਾ ਜਪਣਾ,
ਇਹੋ ਹੀ ਸਾਡੇ ਤੀਰਥਾਂ ਦੀ ਯਾਤਰਾ ਹੈ, ਇਹੋ ਹੀ ਸਰ ਸੰਪਤੀ ਦਾ ਪੂਜਨ ਹੈ। ਸਭ ਸੰਬਤ ਵੀ ਕਈਆਂ ਬੰਨੋ ਦੀਆਂ ਬੀੜਾਂ ਚ ਆਉਂਦਾ ਹੈ, ਸਭ ਸੰਬਤ ਸਾਰੇ ਸਾਰਿਆਂ ਚ ਸੰਮਤ ਮਿਲਿਆ ਹੋਇਆ ਤੂੰ, ਸਾਰਿਆਂ ਦੀ ਤੀਰਥ ਪਵਿੱਤਰ ਰੂਪ ਵੀ ਤੂੰ ਆਪ ਹੈ। ਤੇਰਾ ਸੱਚ ਨਾਮ ਪਰਮੇਸ਼ਰ, ਇਹ ਪਰਮੇਸ਼ਰ ਤੇਰਾ ਸੱਚਾ ਨਾਮ ਹੀ ਜਪਦੇ ਹਾਂ। ਤੇਰੀ ਗਤ ਅਵਗਤ ਨਹੀਂ ਜਾਣਿਆ, ਇਹ ਸੱਚੇ ਪਾਤਸ਼ਾਹ ਤੇਰੀ ਗਤ ਪ੍ਰਾਪਤੀ ਤੇ ਅਵਗਤ ਆਪ ਪ੍ਰਾਪਤੀ ਨੂੰ ਕੋਈ ਜਾਣ ਨਹੀਂ ਸਕਦਾ, ਬੇਅੰਤ ਹੈ ਤੂੰ। ਹੇ ਅਵਗਤ ਬੇਅੰਤੀ ਤੋਂ ਰਹਿ ਨਿਰੰਕਾਰ ਪਰਮੇਸ਼ਰ, ਤੇਰੀ ਗਤੀ ਮਰਿਆਦਾ ਨੂੰ ਨਹੀਂ ਜਾਣਿਆ ਜਾ ਸਕਦਾ। ਅਣਜਾਣਤ ਨਾਮ ਬਖਾਣਿਆ, ਜਿਹੜੇ ਲੋਕ ਤੇਰੇ ਨਾਮ ਦਾ ਗੁਰਾਂ ਤੋਂ ਬਗੈਰ ਜਾਣੇ ਤੋਂ, ਸਤਿਗੁਰਾਂ ਬਿਨਾਂ ਤੇਰੇ ਸਰੂਪ ਨੂੰ ਕੋਈ ਜਾਣ ਨਹੀਂ ਸਕਦਾ, ਉਸੇ ਪ੍ਰਕਾਰ ਰਾਮ ਰਾਮ ਸਭ ਕੋ ਕਹਿ ਕਹਿਆ ਰਾਮ ਨਾ ਹੋਏ, ਇਉਂ ਨਾਮ ਨੂੰ ਕਥਨ ਕਰੀ ਜਾਂਦੇ ਹਨ। ਇਸੇ ਪ੍ਰਕਾਰ ਤੇਰੀ ਗਤ ਅਵਗਤ ਨਹੀਂ ਜਾਣੀ, ਮਹਾਰਾਜ ਤੇਰੀ ਗਤੀ ਕਿਹਨੂੰ ਪ੍ਰਾਪਤ ਹੋਣੀ, ਅਵਗਤ ਬੇਗਤ ਕੌਣ ਹੋਵੇਗਾ, ਇਸ ਗੱਲ ਨੂੰ ਨਿਖਿਤ ਕਰਮਾਂ ਨੂੰ ਕਰਨ ਵਾਲੇ ਤਾਂ ਬੇਗਤ ਨੂੰ ਪ੍ਰਾਪਤ ਹੋਣਗੇ, ਅਤੇ ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ ਗਤੀ ਨੂੰ ਪ੍ਰਾਪਤ ਹੋਣਗੇ। ਇਹ ਨਹੀਂ ਅਗਿਆਤ ਪੁਰਖ ਅਗਿਆਨੀ ਜਾਣਦੇ, ਅਣਜਾਣਤ ਨਾਮ ਬਖਾਣੀਏ, ਅਣਜਾਣਤ ਜਾਣੇ ਤੋਂ ਬਿਨਾਂ ਅਗਿਣਤ ਤੇਰੇ ਨਾਮ ਹੈ ਸੱਚੇ ਪਾਤਸ਼ਾਹ। ਕੋਈ ਵਿਸ਼ਨੂੰ ਸੰਸਰ ਨਾਵਾਂ ਪੜ੍ਹਦਾ ਹੈ, ਇਸ ਪ੍ਰਕਾਰ ਤੇਰੇ ਨਾਵਾਂ ਦਾ ਕਥਨ ਕਰਦੇ ਹਨ, ਅਣਗਿਣਤੀ ਤੇਰੇ ਨਾਮ ਹੈ। ਨਾਨਕ ਬੇਚਾਰਾ ਕਿਆ ਕਹੇ, ਸਤਿਗੁਰੂ ਜੀ ਕਹਿੰਦੇ ਅਸੀਂ ਵਿਚਾਰ ਕਰਕੇ ਗਰੀਬੀ ਨਾਲ ਕਹਿੰਦੇ ਹਾਂ, ਕੀ ਦੱਸੀਏ ਸੱਚੇ ਪਾਤਸ਼ਾਹ, ਕਥਨ ਕਰੀਏ ਆਪਦੇ ਸਰੂਪ ਨੂੰ। ਸਭ ਲੋਕ ਸਲਾਹੇ ਇੱਕ ਸਹਿ, ਕੋਈ ਸਹਿ ਹੈ ਤੂੰ ਮਹਾਰਾਜ, ਸਾਰੇ ਲੋਕ ਇੱਕ ਸਹਿ ਇੱਕ ਦੇ ਤਾਈ ਤੈਨੂੰ ਸਲਾਉਂਦੇ ਹੈ, ਚਾਹੇ ਕੋਈ ਅਕਾਰ ਕਰਕੇ ਮੰਨੀ ਬੈਠੇ ਹਨ। ਫਿਰ ਨਾਨਕ ਲੋਕਾ ਪਾਵ ਹੈ, ਸਾਡੇ ਅੰਦਰ ਤਾਂ ਏਡੀ ਗਰੀਬੀ ਹੈ, ਇਹ ਮਹਾਰਾਜ ਲੋਕਾਂ ਦੇ ਜਿੱਥੇ ਚਰਨ ਹਨ ਉੱਥੇ ਅਸੀਂ ਆਪਣਾ ਸੀਸ ਟਕਾਉਣੇ ਹਾਂ। ਬਲਿਹਾਰੀ ਜਾਓ ਜਿੱਤੇ ਤੇਰੇ, ਜਿੰਨੇ ਵਾਰਾ ਸੰਸਾਰ ਚ ਤੇਰੇ ਨਾਮ ਆ ਉਹਨਾਂ ਸਾਰਿਆਂ ਤੋਂ ਬਲਿਹਾਰ ਜਾਂਦੇ ਹੈ। ਅਸੀਂ ਨਾਮਾਂ ਦੇ ਜਿਹੜੇ ਹਲੇ ਨਾਮਾਂ ਦੇ ਨਿਸਰਧਕ ਨਹੀਂ ਹਾਂ, ਨਾਮ ਸਾਰੇ ਪਰਮੇਸ਼ਰ ਨੂੰ ਨਮਸਕਾਰ ਹੈ, ਅਤੇ ਜਿੰਨੇ ਪਰਮੇਸ਼ਰ ਦੇ ਨਾਮ ਆ ਸਾਰਿਆਂ ਤੋਂ ਬਲਿਹਾਰ ਜਾਈਏ, ਅਸਤੋਤਰ ਰੂਪ ਕਰਕੇ ਸਾਰੇ ਨਾਮ ਮੰਨਦੇ ਹੈ, ਪਰ ਅੰਮ੍ਰਿਤ ਦੇ ਨਾਲ ਜਿਹੜਾ ਮਿਲਿਆ ਜਪਣ ਵਾਲਾ ਉਹ ਸਮਝਦੇ ਹਾਂ ਸੱਚੇ ਪਾਤਸ਼ਾਹ ਦਾ ਨਾਮ, ਇਸ ਪ੍ਰਕਾਰ ਫਰਮਾਉਂਦੇ ਹਨ। ਸਿਰ ਨਾਨਕ ਲੋਕਾ ਭਾਵ ਹੈ, ਇਹ ਸੱਚੇ ਪਾਤਸ਼ਾਹ ਜੀ ਸਿਰ ਨਾਨਕ ਲੋਕਾ ਭਾਵ ਹੈ, ਵਿਰਾਟ ਰੂਪ ਦਾ ਜਿਹੜਾ ਬ੍ਰਹਮ ਲੋਕ ਹੈ ਸੀਸ ਹੈ, ਅਤੇ ਪਤਾਲ ਜਿਹੜੇ ਲੋਕ ਇਹ ਮੱਧ ਲੋਕ ਹੈ ਜਿਹੜਾ ਮਾਤ ਲੋਕ ਹੈ, ਤੇ ਭਾਵ ਹੈ ਜਿਹੜੇ ਪਤਾਲ ਲੋਕ ਹੈ ਤੇਰੇ ਚਰਨ ਹਨ ਵਿਰਾਟ ਰੂਪ ਦੇ। ਬਲਿਹਾਰੀ ਜਾਓ ਜਿੱਤੇ ਤੇਰੇ ਨਾਮ, ਇਹ ਮਹਾਰਾਜ ਬਲਿਹਾਰ ਜਾਵਾਂ ਜਿੰਨੇ ਤੇਰੇ ਨਾਮ ਜਪਦੇ ਹੈ, ਜਿਤਨੇ ਤੇਰੇ ਨਾਮ ਹੈ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ ਸਦਾ ਸਦਾ, ਆਪ ਬੇਅੰਤ ਹੈ ਹੇ ਪਰਮੇਸ਼ਵਰ। ਸਿਰ ਨਾਨਕ ਲੋਕਾ ਭਾਵ ਹੈ, ਬਲਿਹਾਰੀ ਜਾਓ ਜਿੱਤੇ ਤੇਰੇ ਨਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸੰਤ ਮਹੱਲਾ ਪਹਿਲਾ, ਸੋਨੇ ਕਾ ਚੌਕ
ਕੰਚਨ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਦੋਂ ਸਾਰੇ ਸੰਸਾਰ ਨੂੰ ਤਾਰ ਕੇ ਰਾਵੀ ਦੇ ਕਿਨਾਰੇ ਤੇ ਕਰਤਾਰਪੁਰ ਸਾਹਿਬ ਵਸਾਇਆ, ਇੱਥੇ ਗੁਰੂ ਸਾਹਿਬ ਜੀ ਨਿਵਾਸ ਕਰਿਆ ਕਰਦੇ, ਖੇਤੀ ਕਰਾ ਕੇ ਸਿੱਖਾਂ ਦੇ ਪਾਸੋਂ ਲੰਗਰ ਮਹਾਰਾਜ ਸਾਹਿਬ ਚਲਾਉਂਦੇ, ਇਹਦੀ ਪੂਜਾ ਨਾਲ ਅੰਗੀਕਾਰ ਕਰਿਆ ਕਰਦੇ। ਇਸ ਪ੍ਰਕਾਰ ਗਰੀਬ ਨਿਵਾਜ ਜੀ 7 ਸਾਲ ਕਰਤਾਰਪੁਰ ਸਾਹਿਬ ਦੇ ਵਿੱਚ ਲੰਗਰ ਚਲਾਇਆ। ਇੱਥੇ ਹੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆਏ ਸਨ ਅਤੇ ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਸਨ। ਦੇਸਾਂ ਦਸਾਂਤਰਾਂ ਦੀਆਂ ਸੰਗਤਾਂ ਸਤਿਗੁਰੂ ਜੀ ਇਕੱਠਾ ਬਰਾਜਦੇ ਕਰਕੇ ਦਰਸ਼ਨਾਂ ਨੂੰ ਆਇਆ ਕਰਦੀਆਂ। ਬਹੁਤ ਭੀੜ ਰਹਿੰਦੀ ਸੰਗਤ ਦੀ, ਲੰਗਰ ਬੜਾ ਭਾਰੀ ਗੁਰੂ ਸਾਹਿਬ ਜੀ ਚਲਾਉਂਦੇ। ਉਸ ਵਕਤ ਸਾਧ ਸੰਗਤ ਜੀ ਇੱਕ ਬ੍ਰਾਹਮਣ ਸੀ ਕਰਮਕਾਂਡੀ, ਜੋ ਆਪਣੇ ਹੱਥੀ ਰੋਟੀ ਪਕਾ ਕੇ ਖਾਣ ਵਾਲਾ, ਇਹ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਵਿੱਚ ਆਇਆ। ਕਰਤਾਰਪੁਰ ਸਾਹਿਬ ਵਿੱਚ ਆ ਕੇ ਗੁਰੂ ਮਹਾਰਾਜ ਨੇ ਕਿਹਾ, ਲੰਗਰ ਭਾਈ ਤਿਆਰ ਹੈ, ਤੈਨੂੰ ਭੁੱਖ ਹੈ ਤਾਂ ਪ੍ਰਸ਼ਾਦਾ ਛਕ ਲਾ। ਇਉਂ ਬਚਨ ਕਹਿਣ ਤੋਂ ਮਹਾਰਾਜ ਸਾਦਗੀ ਨਾਲ ਜਦੋਂ ਬਚਨ ਕਹੇ, ਕਹਿਣ ਲੱਗਾ, ਮਹਾਰਾਜ ਇਉਂ ਤਾਂ ਨਹੀਂ ਮੈਂ ਰਸੋਈ ਛਕ ਸਕਦਾ, ਇੱਥੇ ਸਿੱਖ ਸੰਗਤਾਂ ਜਿਹੜੀਆਂ ਹੈ ਜਾਤ ਪਾਤ ਦਾ ਕੋਈ ਲਿਹਾਜ਼ ਨਹੀਂ, ਸਭ ਲੰਗਰ ਬਣਾਉਂਦੇ ਹੈ, ਜੇ ਆਗਿਆ ਆਪਦੀ ਹੈ ਲੰਗਰ ਦੀ ਤਾਂ ਮੈਂ ਸੋਮ ਪਾਕੀ ਹਾਂ, ਆਪਣੀ ਹੱਥੀ ਰਸੋਈ ਪਕਾ ਕੇ ਖਾਵਾਂਗਾ, ਮੈਨੂੰ ਰਸ ਮਿਲ ਜਾਵੇ। ਹਜ਼ੂਰ ਨੇ ਲਾਂਗਰੀ ਨੂੰ ਕਹਿ ਕੇ ਉਸੇ ਵੇਲੇ ਇਸ ਬ੍ਰਾਹਮਣ ਦੇ ਤਾਂ ਰਸ ਦਵਾ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਰਸ ਲੈ ਕੇ ਸਤਿਗੁਰਾਂ ਦੇ ਪਾਸੋਂ ਇਹ ਜਿਸ ਵਕਤ ਦਰਿਆ ਦੇ ਕਿਨਾਰਾ ਨਾਲ ਹੀ ਹੈ ਨਾ ਵਗਦਾ ਰਾਵੀ, ਉਹ ਦਰਿਆ ਦੇ ਕਿਨਾਰੇ ਤੇ ਜਾ ਕੇ ਚੁੱਲ੍ਹਾ ਬਣਾਉਣ ਵਾਸਤੇ ਥਾਂ ਪੱਟਿਆ, ਉੱਥੇ ਹੱਡੀਆਂ ਨਿਕਲੀਆਂ ਸਾਧ ਸੰਗਤ ਜੀ। ਫਿਰ ਦੂਏ ਥਾਂ ਜਾ ਕੇ ਚੁੱਲ੍ਹਾ ਪੱਟਿਆ, ਫਿਰ ਹੱਡੀਆਂ ਨਿਕਲੀਆਂ। ਇਸੇ ਪ੍ਰਕਾਰ ਸਾਰੀ ਦਿਹਾੜੀ ਜਿੱਥੇ ਵੀ ਪੱਟੇ ਉੱਥੋਂ ਹੱਡੀਆਂ ਹੀ ਨਿਕਲਣ। ਵੇਖ ਕੇ ਹੈਰਾਨ ਹੋ ਗਿਆ, ਬਹੁਤ ਘਾਬਰ ਗਿਆ, ਕਹਿੰਦਾ ਮੈਂ ਤਾਂ ਮਾੜੀ ਗੱਲ ਕੀਤੀ ਏ, ਜਿਹੜਾ ਗੁਰੂ ਸਾਹਿਬ ਦਾ ਬਚਨ ਮੰਨ ਕੇ ਲੰਗਰ ਨਹੀਂ ਛਕਿਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਆਪਦੇ ਲੰਗਰ ਚੋਂ ਹੀ ਪ੍ਰਸ਼ਾਦ ਛਕਾਓ। ਮਹਾਰਾਜ ਕਹਿੰਦੇ, ਬ੍ਰਾਹਮਣ ਉਹ ਬੇਲਾ ਬੀਤ ਗਿਆ, ਹੁਣ ਵਾਹਿਗੁਰੂ ਕਹਿ ਕੇ ਚੌਂਕਾ ਸੁੱਚਾ ਸਮਝ ਲੈ, ਰਸੋਈ ਬਣਾ ਲੈ। ਮਹਾਰਾਜ ਦਾ ਬਚਨ ਮੰਨ ਕੇ ਇਸ ਨੇ ਭੋਜਨ ਤਿਆਰ ਕਰ ਲਿਆ, ਛੱਕ ਕੇ ਜੋ ਰੱਜ ਕੇ ਮਹਾਰਾਜ ਦੇ ਪਾਸ ਆਇਆ ਤ੍ਰਿਪਤ ਹੋ ਕੇ। ਉਸ ਵੇਲੇ ਸ਼ਬਦ ਗੁਰੂ ਸਾਹਿਬ ਜੀ ਨੇ ਉਸ ਦੇ ਪ੍ਰਥਾਏ ਇਹ ਪਵਿੱਤਰ ਉਪਦੇਸ਼ ਦਿੱਤਾ ਹੈ। ਦਸੰਤ ਮਹੱਲਾ ਪਹਿਲਾ, ਹੋਏ ਨੇ ਕਾ ਚੌਕਾ ਕੰਚਨ ਕੁਆਰ। ਹਜ਼ੂਰ ਕਹਿੰਦੇ ਹੇ ਪੰਡਿਤ ਜੀ, ਜੇ ਆਦਮੀ ਐਡਾ ਕੋਈ ਸੰਜਮੀ ਹੋਵੇ, ਸਵੇਨਾ ਸਾਰੀਆਂ ਧਾਤਾਂ ਚੋਂ ਪਵਿੱਤਰ ਮੰਨਿਆ ਹੋਇਆ ਹੈ, ਸਵੇਨੇ ਦਾ ਹੀ ਚੌਂਕਾ ਉਸਦੇ ਪਾਸ ਹੋਵੇ, ਚੌਂਕੇ ਦੇਣ ਦੇ ਸਾਂ ਸਵੇਨੇ ਦਾ ਹੀ ਪੱਤਰਾ ਹੋਵੇ, ਉਹ ਚੌਂਕਾ ਬਣਾ ਲਵੇ ਉਸਦਾ ਕੰਚਨ ਕੁਆਰ। ਅਤੇ ਕੰਚਨ ਸਵੇਨੇ ਦੇ ਕੁਆਰ ਪਾਤਰ ਹੋਣ, ਸਾਰੇ ਭਾਂਡੇ ਜਿੰਨੇ ਹੈ ਸਵੇਨਾ ਪਵਿੱਤਰ ਮੰਨਿਆ, ਸਵੇਨੇ ਦੇ ਭਾਂਡੇ ਉਸ ਪਾਸ ਹੋਣ ਸਾਰੇ, ਜਿੰਨੇ ਰਸੋਈ ਦੀ ਬਣਾਉਣ ਵਾਲੇ ਹਨ। ਰੁਪੇ ਕੀ ਆਕਾਰਾ ਬਹੁਤ ਵਿਸਥਾਰ, ਫਿਰ ਰੁਪੇ ਚਾਂਦੀ ਦੀਆਂ ਲਖੀਰਾਂ ਹੋਣ ਉਲਾਰੇ, ਬਹੁਤ ਵਿਸਤਾਰ ਵਾਲੇ, ਜਿੱਥੋਂ ਤੱਕ ਕਰਮ ਕਾਂਡੀ ਲੋਕ ਜੇ ਕਿਸੇ ਦਾ ਪਰਛਾਵਾਂ ਪੈ ਜੇ ਤਾਂ ਸਾਧ ਸੰਗਤ ਜੀ ਪਿੱਠਿਆ ਚੌਂਕਾ ਸਮਝਦੇ ਹੈ,
ਸਿੰਘਾਂ ਨੂੰ ਨਹੀਂ ਸੀ ਪਤਾ। ਇੱਕ ਵਾਰੀ ਇਲਾਹਾਬਾਦ ਸਿੰਘ ਪ੍ਰਾਗਰਾਜ ਤੇ ਗਏ, ਉੱਥੇ ਨਿਰਮਲਿਆਂ ਦੇ ਥਾਂ ਚ ਬ੍ਰਾਹਮਣ ਲਾਂਗੜੀ ਲਾਏ ਹੋਏ ਸੀ, ਇਹ ਅੱਗ ਲੈਣ ਵਾਸਤੇ ਆਪਣਾ ਪ੍ਰਸ਼ਾਦਾ ਪਕਾਉਣ ਵਾਸਤੇ ਉਹਨਾਂ ਦੇ ਹੋ। ਜਦੋਂ ਚੁੱਲ੍ਹੇ 'ਚ ਜਾ ਕੇ ਇਹਨਾਂ ਸਿੰਘਾਂ ਨੇ ਅੱਗ ਚੱਕ ਲਈ, ਉਹ ਤਾਂ ਛੂਤ ਛੂਤ ਕਰਕੇ ਭੱਜ ਗਏ। ਕਹਿਣ ਲੱਗੇ ਸਾਡਾ ਲੰਗਰ ਪਿੱਟਿਆ ਗਿਆ। ਜਿਸ ਵੇਲੇ ਭੱਜ ਗਏ, ਉਹ ਸਾਧਾਂ ਨੂੰ ਵਿਚਾਰੇ ਨੂੰ ਫਿਕਰ ਪੈ ਗਿਆ, ਕਹਿੰਦੇ ਸਾਡੇ ਵਾਸਤੇ ਰੋਟੀ ਪਕਾਈ ਸੀ ਅਤੇ ਸਿੰਘੋ ਤੁਸੀਂ ਕੀ ਕੀਤਾ, ਇਹ ਵਿਚਾਰਿਆਂ ਦਾ ਖਾਣਾ ਸਾਰਾ ਇਸ ਵੇਲੇ ਵਿਗੜ ਗਿਆ। ਫਿਰ ਉਹਨਾਂ ਨੇ ਸਾਧਾਂ ਰਸਤ ਉਹਨਾਂ ਨੂੰ ਹੋਰ ਦਿੱਤੀ, ਉਹਨਾਂ ਨੇ ਆਪਣਾ ਭੋਜਨ ਬਣਾਇਆ। ਇਸ ਪ੍ਰਕਾਰ ਸਾਧ ਸਿੰਘ ਜੀ ਇਹ ਕਰਮ ਕਾਂਡ ਜਿਹੜੇ ਹੈ ਛੂਤ ਛਾਤ ਬਾਹਲੀ ਕਰਦੇ ਹੁੰਦੇ ਹਨ। ਸੋ ਰੁਪਏ ਕੀ ਆਕਾਰ ਬਹੁਤ ਬਿਸਥਾ, ਜੇ ਪਰਛਾਵਾਂ ਪੈ ਜੇ ਤਾਂ ਵੀ ਕਹਿੰਦੇ ਪਿੱਟਿਆ ਗਿਆ ਚੌਂਕਾ। ਰੁਪਏ ਚਾਂਦੀ ਦੀਆਂ ਬੜੀਆਂ ਵਿਸਤਾਰ ਵਾਲੀਆਂ ਕਾਰਾਂ ਕੱਢੀਆਂ ਹੋਣ, ਚਾਂਦੀ ਦੀਆਂ ਬਣਾਈਆਂ ਹੋਣ ਵੱਟਾਂ ਜਿਹੜੀਆਂ, ਜਿਹਨਾਂ ਦੇ ਅੰਦਰ ਕੋਈ ਚੌਂਕੇ ਦੇ ਨਾ ਆਵੇ। ਗੰਗਾ ਲਖੀਰਾਂ ਦੇ ਥਾਂ ਕਾਰ ਹੁੰਦੀ ਹੈ। ਗੰਗਾ ਕਾ ਉਦਕ ਕਰੰਤੇ ਕੀ ਆ, ਫੇਰ ਭਾਈ ਉਹ ਸੋਨੇ ਦੇ ਸਾਰੇ ਭਾਂਡੇ ਹੋਣ, ਸੋਨੇ ਦਾ ਹੀ ਚੌਂਕਾ ਹੋਵੇ ਤੇ ਚਾਂਦੀ ਦੀਆਂ ਉਦਾਰੇ ਕਾਰਾਂ ਕੱਢੀਆਂ ਹੋਣ ਵਿਸਤਾਰ ਪੂਰਵਕ ਦੂਰ ਤੱਕ, ਜਿੱਥੋਂ ਕਿਸੇ ਦਾ ਪਰਛਾਵਾਂ ਨਾ ਪਵੇ, ਤੇ ਫਿਰ ਗੰਗਾ ਦਾ ਪਾਣੀ ਹੋਵੇ ਜੋ ਵਿਸ਼ਨੂੰ ਭਗਵਾਨ ਦੇ ਚਰਨਾਂ ਦਾ ਜਲ ਪਵਿੱਤਰ ਮੰਨਿਆ ਗਿਆ ਹੈ। ਗੰਗਾ ਕਰੰਤੇ ਕੀ ਆਗ ਅਤੇ ਕਰੰਤੇ ਸਾਧ ਸੰਗਤ ਜੀ ਘਰ ਹੱਥ ਦੇ ਉੱਤੇ ਰੱਖ ਕੇ ਹੱਥ ਮਾਰ ਕੇ ਚਮਕ ਪੱਥਰ ਦੇ ਵਿੱਚੋਂ ਅੱਗ ਕੱਢਣੀ, ਜਿਹੜੀ ਉਹ ਪੱਥਰ ਦੀ ਅੱਗ ਹੋਵੇ, ਆ ਅੰਗਰੇਜ਼ੀ ਅੱਗ ਜਿਹੜੀ ਜੂਠੀ ਨਾ ਹੋਵੇ ਮਸਾਲੇ ਦੀ। ਕਹਿੰਦੇ ਕਰੰਤੇ ਕੀ ਅੱਗ ਚਮਕ ਪੱਥਰ ਦੇ ਵਿੱਚੋਂ ਅੱਗ ਕੱਢੀ ਹੋਈ ਹੋਵੇ, ਅਤੇ ਕਰੰਤੇ ਨਾ ਜੱਗ ਦਾ ਵੀ ਹੈ। ਪੰਡਿਤ ਤਾਰਾ ਸਿੰਘ ਜੀ ਨੇ ਗ੍ਰਾਰਥ ਕੋਸ਼ ਵਿੱਚ ਜੱਗ ਦਾ ਨਾਂ ਲਿਖਿਆ ਹੈ। ਕਹਿੰਦੇ ਕਰੰਤੇ ਕਰ ਜੋ ਕਰਨ ਵਾਲੇ ਹੈ ਜੱਗ, ਜੱਗ ਕਰਨ ਵਾਲਿਆਂ ਹੋਤਰੀਆਂ ਦੀ ਅੱਗ ਸਾਂਭ ਕੇ ਰੱਖੀ ਹੁੰਦੀ ਹੈ, ਉਹਨੂੰ ਪਵਿੱਤਰ ਸਮਝ ਕੇ ਰਸੋਈ 'ਚ ਉਹਨੂੰ ਵਰਤਦੇ ਹੈ। ਇਸ ਕਰਕੇ ਕਰੰਤੇ ਜੱਗ ਦੀ ਅੱਗ ਹੋਵੇ, ਅਤੇ ਕਰੰਤੇ ਨਾਂ ਸਾਧ ਸੰਗਤ ਜੀ ਅਰਣੀ ਇੱਕ ਧਰ ਲੱਕੜੀ ਹੁੰਦੀ ਹੈ, ਉਹ ਲੱਕੜੀ ਦੇ ਵਿੱਚ ਛੇਕ ਕੱਢਿਆ ਹੁੰਦਾ ਹੈ, ਉਹਦੇ ਬੀਜੀ ਦੂਸਰੀ ਲੱਕੜੀ ਨੂੰ ਖਿੱਚੀਏ ਅਤੇ ਉਹਦੇ ਵਿੱਚੋਂ ਅਰਣੀ 'ਚੋਂ ਅੱਗ ਬਾਂਸ ਦੀਆਂ ਟੋਰੀਆਂ 'ਚੋਂ ਨਿਕਲ ਆਉਂਦੀ ਹੈ, ਉਸ ਨਾਲ ਮਚਾ ਕੇ ਰਸੋਈ ਕਰਦੇ ਹੈ। ਇਉਂ ਕਰੰਤੇ ਜੱਗ ਦੀ ਅੱਗ ਹੋਵੇ, ਕਰੰਤੇ ਅਰਣੀ ਲੱਕੜੀਆਂ ਦੀ ਅੱਗ ਹੋਵੇ, ਅਤੇ ਕਰੰਤੇ ਚਮਕ ਪੱਥਰ 'ਚੋਂ ਅੱਗ ਕੱਢੀ ਹੋਵੇ। ਇਹੋ ਜਿਹਾ ਕੋਈ ਆਪਣੇ ਆਪ ਨੂੰ ਸੋਧੀ ਕਹਾਉਣ ਵਾਲਾ ਹੋਵੇ। ਗਰੜਾ ਖਾਣਾ ਦੁੱਧ ਸਿਉਂਗਾੜ, ਫਿਰ ਗਰੜਾ ਨਿਹੰਗ ਸਿੰਘ ਤਾਂ ਚੌਲਾਂ ਨੂੰ ਕਹਿੰਦੇ, ਪਰ ਗਰੜਾ ਖਾਸ ਇੱਕ ਜਾਤੀ ਦੇ ਚੌਲ ਹੈ ਚੰਗੇ, ਜਿਹੜੇ ਬਹੁਤ ਚਿੱਟੇ ਅਤੇ ਸਾਫ਼ ਲੰਮੇਰੇ ਹੁੰਦੇ ਹੈ, ਉਹਨਾਂ ਗਰੜਿਆਂ ਲੰਮਿਆਂ ਚੌਲਾਂ ਦੇ ਤਾਂ ਖਾਣਾ ਕਰੇ, ਖੁਰਾਕ ਉਹਦੀ ਹੋਵੇ, ਦੁੱਧ ਦੇ ਨਾਲ ਗਾੜ ਮਿਲਾ ਕੇ ਉਸਨੂੰ ਪੀ ਖਾਵੇ, ਖੀਰ ਬਣਾ ਕੇ। ਰੇ ਮਨ ਲੇਖੇ ਕਬੂ ਨਾ ਪਾਏ, ਹਜ਼ੂਰ ਕਹਿੰਦੇ ਇੰਨੇ ਸਾਧਨ ਕਰ ਲਵੇ ਰੇ ਭਾਈ, ਆਪਣੇ ਮਨ ਦੇ ਵਿੱਚ ਨਿਸ਼ਚੇ ਕਰਕੇ ਵੇਖ ਲਓ, ਉਹ ਵਾਹਿਗੁਰੂ ਦਰ 'ਚ ਲੇਖੇ ਪ੍ਰਵਾਨ ਨਹੀਂ ਪੈਂਦੇ। ਜਿਸ ਪ੍ਰਕਾਰ ਸਿੰਘ ਕਹਿੰਦੇ ਨੇ ਮਹਾਰਾਜ ਲੇਖੇ ਲਾਉਣੀ ਇਹਨਾਂ ਦੀ ਸੇਵਾ ਪ੍ਰਵਾਨਗੀ ਦਾ ਨਾਮ ਹੈ, ਉਹ ਮਹਾਰਾਜ ਦਰ 'ਚ ਪ੍ਰਵਾਨ ਨਹੀਂ ਪੈਂਦੇ। ਇੰਨੇ ਕੰਮ ਵੀ ਕੋਈ ਕਰ ਲਵੇ, ਐਡਾ ਵੀ ਕੋਈ ਸੋਧੀ ਹੋ ਜਾਵੇ, ਫਿਰ ਵੀ ਮਹਾਰਾਜ ਦਰ 'ਚੋਂ ਪ੍ਰਵਾਨ ਨਹੀਂ ਪੈ ਸਕਦਾ। ਜਾਮ ਨਾ ਭਿੱਜੇ ਸਾਚ ਨਾਏ, ਜਾਮ ਜਿਤਨਾ ਚਿਰ ਨਹੀਂ ਭਿੱਜਦਾ ਮਨ ਸੱਚੇ ਨਾਮ ਵਿੱਚ, ਜਿੰਨਾ ਚਿਰ ਸੱਚੇ ਨਾਮ 'ਚ ਮਨ ਨਹੀਂ ਨਾ ਮੰਨਿਆ, ਪੂਰਾ ਢਹਿਆ ਨਹੀਂ ਸੱਚੇ ਨਾਮ ਵਿੱਚ,
ਉਹਨਾਂ ਚ ਐਡਾ ਸੋਧੀ ਹੋ ਜੇ, ਸੋਨੇ ਦੇ ਭਾਂਡੇ ਚਾਂਦੀ ਦੀਆਂ ਕਾਰਾਂ ਹੋਣ, ਗੰਗਾ ਦਾ ਪਾਣੀ ਹੋਵੇ ਅਤੇ ਜੱਗ ਦੀ ਅੱਗ ਹੋਵੇ, ਏਡਾ ਵੱਡਾ ਸੋਧੀ ਹੋਵੇ, ਆਪਣੇ ਆਪ ਨੂੰ ਕਹਾਉਣ ਵਾਲਾ ਸੋਇਮ ਭਾਕੀ ਤੇ ਚੌਲਾਂ ਨੂੰ ਦੁੱਧ ਨਾਲ ਲਾ ਕੇ ਖਾਣ ਵਾਲਾ ਹੋਵੇ, ਉਹਦੀ ਰਸੋਈ ਖਾਧੀ ਹੋਵੇ ਏਡੀ ਲੇਖੇ ਚ ਨੀ, ਪ੍ਰਵਾਨ ਚ ਨੀ, ਜੇਕਰ ਕੇ ਵਾਹਿਗੁਰੂ ਦੇ ਨਾਮ ਚ ਚਿੱਤ ਨਹੀਂ ਭੇਜਿਆ ਮੰਨਿਆ। ਜਦੋਂ ਮਹਾਰਾਜ ਦੇ ਨਾਮ ਚ ਭੇਜ ਜਾਏਗਾ ਉਸ ਵੇਲੇ ਸਭ ਕੁਝ ਪ੍ਰਵਾਨ ਹੋਵੇਗਾ। ਫਿਰ ਵਿਦਵਾਨ ਹੋਵੇ, ਕਿਤੇ ਐਵੇਂ ਅਨਪੜ੍ਹ ਹੀ ਨਾ ਹੋਵੇ ਵੀ ਸੋਮ ਪਾਕੀ ਬਣ ਗਿਆ, ਰਸੋਈ ਆਪਦੀ ਬਣਾ ਕੇ ਖਾਂਦਾ। ਦਸ ਤੇ ਅੱਠ ਅਠਾਰਾਂ ਪੁਰਾਣ ਵਿਆਸ ਜੀ ਦੇ ਜਿਹੜੇ ਉਚਾਰਨ ਕੀਤੇ ਹੈ ਉਹ ਲਿਖ ਕੇ ਕੋਲੇ ਪਾਸ ਰੱਖੇ ਹੋਏ ਹੋਣ, ਜਿਨ੍ਹਾਂ ਚ ਬ੍ਰਹਿਮੰਡ ਪ੍ਰਮਾਣ ਚ ਤਾਂ ਪ੍ਰਾਣ ਚ ਤਾਂ ਬ੍ਰਹਿਮੰਡ ਦੀ ਕਥਾ ਹੈ, ਬ੍ਰਹਿਮੰਡ ਬੈਵਰਤ ਪ੍ਰਾਣ ਦੇ ਵਿੱਚ ਹਿਰਨ ਗਰਭ ਦੀ ਕਥਾ ਹੈ, ਇਸੇ ਪ੍ਰਕਾਰ ਬ੍ਰਹਮ ਪ੍ਰਾਣ ਚ ਬ੍ਰਹਮਾ ਜੀ ਦੀ ਕਥਾ ਹੈ, ਬਾਵਨ ਪ੍ਰਾਣ ਚ ਬਾਵਨ ਦੀ ਕਥਾ ਹੈ, ਵਿਸ਼ਨੂੰ ਪ੍ਰਾਣ ਚ ਵਿਸ਼ਨੂੰ ਦੀ ਕਥਾ ਹੈ, ਸ਼ਿਵ ਪ੍ਰਾਣ ਸ਼ਿਵ ਜੀ ਦੀ ਕਥਾ ਹੈ ਅਤੇ ਦੇਵੀ ਪ੍ਰਾਣ ਭਗਵਤੀ ਵਿੱਚ ਦੇਵੀ ਦੀ ਕਥਾ ਹੈ, ਇਹ ਪਿਆਰ ਕੇ ਪ੍ਰਾਣ ਹਨ। ਦਸ ਅੱਠ ਲਿਖੇ ਹੋਵੇ, ਦਸ ਤੇ ਅੱਠ ਅਠਾਰਾਂ ਪ੍ਰਾਣ ਲਿਖੇ ਹੋਏ ਪਾਸ ਹੋਣ, ਭਾਗਵਤ ਪੁਰਾਣ ਹੈ ਜਿਵੇਂ ਚਾਰੇ ਵੇਦ ਮੁਖਾਗਰ ਪਾਠ, ਚਾਰੇ ਵੇਦ ਉਹਦੇ ਮੁਖ ਦੇ ਅੰਦਰੋਂ ਕੰਠੋਂ ਪਾਠ ਕਰਨ ਜਾਣਦਾ ਹੋਵੇ, ਪੱਤਰੇ ਰੱਖਣ ਦੀ ਲੋੜ ਨਾ ਹੋਵੇ, ਇੰਨਾ ਉਹਦੀ ਕੰਠ ਸ਼ਕਤੀ ਹੋਵੇ, ਕੰਠ ਦੇ ਅੰਦਰੋਂ ਮੁਖ ਦੇ ਅੱਗੋਂ ਹੀ ਪੱਤਰੇ ਤੋਂ ਬਗੈਰ ਪਾਠ ਕਰ ਸਕਦਾ ਹੋਵੇ, ਗੁਰਬੀ ਨਾਵੇ ਵਰਨਾ ਕੀ ਦਾਤ। ਇਹਦੇ ਤੇ ਮੈਂ ਕਾਲਖ ਨੇ ਸ਼ੰਕਾ ਕੀਤੀ ਸੀ ਕਿ ਮੁਖਾਗਰ ਦਾ ਕੀ ਮਤਲਬ ਹੈ, ਮੁਖ ਦੇ ਕੋਈ ਸਾਰਿਆਂ ਨੂੰ ਬੋਲਣਾ ਹੈ। ਉਸ ਵੇਲੇ ਸੰਤ ਸਿੰਘ ਜਾਨੀ ਨੇ ਇਹਦੇ ਉੱਤੇ ਚੰਦਾ ਸਿੰਘ ਜਾਨੀ ਟੀਕਾ ਕਰਦਿਆਂ ਕਿਹਾ ਸੀ ਮੁਖਾਗਰ ਕੰਠ ਦਾ ਨਾਮ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਚਾਰੇ ਵੇਦ ਮੁਖਾਗਰ ਪਾਠ, ਚਾਰੇ ਵੇਦਨ ਮੁਖਾਗਰ ਕੰਠੋਂ ਪਾਠ ਕਰ ਸਕੇ, ਪੁਰਬੀ ਨਾਵੇ ਵਰਨਾ ਕੀ ਦਾਤ। ਅਤੇ ਪੁਰਬੀਆਂ ਜਿਹੜੀਆਂ ਕੁੰਭੀਆਂ ਅਧ ਕੁੰਭੀਆਂ ਆਦਿਕ ਲੱਗਦੀਆਂ ਹੈ, ਕੁੰਭ ਬਾਰਾਂ ਸਾਲ ਬਾਅਦ ਲੱਗਦਾ, ਕੁੰਭੀਆਂ ਛੇ ਛੇ ਸਾਲ ਬਾਅਦ ਲੱਗਦੀਆਂ ਹਨ, ਇਸ ਪ੍ਰਕਾਰ ਉਹ ਪੁਰਬੀਆਂ ਜਿਹੜੀਆਂ ਹਨ, ਪੁੰਨਿਆਂ ਦੀ ਪੁਰਬੀ, ਮੱਸਿਆ ਦੀ ਪੁਰਬੀ, ਇਸੇ ਪ੍ਰਕਾਰ ਸੰਗਰਾਂਦ ਆਦਿਕ ਪੁਰਬੀਆਂ ਜਿੰਨੀਆਂ ਹਨ, ਉਹਨਾਂ ਪੁਰਬੀਆਂ ਤੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰੇ, ਤੇ ਚੰਦਰ ਗ੍ਰਹਿਣ ਲੱਗਾ ਹੋਵੇ ਤਾਂ ਚੰਦਰਮਾ ਦੇ ਗ੍ਰਹਿਣ ਲੱਗੇ ਤੋਂ ਵਰਨ ਚਿੱਟੇ ਰੰਗ ਦਾ ਦਾਨ ਦੇਣਾ ਹੈ, ਚਿੱਟੀ ਚੀਜ਼ ਦੁੱਧ ਕਪਾਹ ਇਹ ਚਿੱਟੀਆਂ ਚੀਜ਼ਾਂ ਦਾ ਦਾਨ ਕਰਨਾ ਚੰਦਰ ਗ੍ਰਹਿਣ ਲੱਗੇ ਤੋਂ, ਤੇ ਜਿਸ ਵੇਲੇ ਸੂਰਜ ਦਾ ਗ੍ਰਹਿਣ ਉਹ ਲਾਲ ਚੀਜ਼ ਦਾ ਦਾਨ ਕਰਨਾ ਹੈ, ਉਹ ਵਰਨਾ ਰੰਗਾਂ ਅਨੁਸਾਰ ਦਾਤ ਦੇਣਾ ਕਰੇ, ਤੇ ਵਰਨਾ ਸ਼ਰਮਾ ਦੇ ਅਨੁਸਾਰ ਬ੍ਰਾਹਮਣੇ ਤਾਈ ਦੁੱਧ ਆਦਿਕ ਦੇਣਾ ਕਰੇ, ਅਤੇ ਖੱਤਰੀ ਦੇ ਤਾਈ ਵਸਤਰ ਆਦਿਕ ਦੇਣਾ ਕਰੇ, ਵੈਸ ਦੇ ਤਾਈ ਅੰਨ ਆਦਿਕ ਦੇਣਾ ਕਰੇ, ਸ਼ੂਦਰ ਆਦਿਕਾਂ ਨੂੰ ਜਿਹੀ ਜਿਹੀ ਸੇਵਾ ਕਰੇ ਮਜ਼ਦੂਰੀ ਦੇਵੇ, ਇਉਂ ਵਰਨਾ ਦੇ ਅਨੁਸਾਰ ਉਹ ਦਾਤਾਂ ਲਿਖੀਆਂ ਹੋਈਆਂ ਹਨ ਗੀਆਂ, ਵਰਨਾ ਸ਼ਰਮਾ ਦੇ ਅਨੁਸਾਰ ਇਉਂ ਦਾਤ ਦੇਣ ਵਾਲਾ ਦਾਨ ਦੇਣ ਵਾਲਾ ਆਦਮੀ ਹੋਵੇ ਜੇ ਕਰਕੇ ਵਰਤ ਨੇਮ ਕਰੇ ਦਿਨ ਰਾਤ, ਫਿਰ ਉਹ ਵਰਤ ਰੱਖਣ ਵਾਲਾ ਹੋਵੇ, ਅਕਾਸ਼ੀਏ ਚੌਵੀ ਵਰਤ ਰੱਖਣ ਵਾਲਾ ਹੋਵੇ, ਅਤੇ ਇਸੇ ਪ੍ਰਕਾਰ ਮੱਸਿਆ ਸੰਗਰਾਂਦ ਆਦਿਕਾਂ ਦੇ ਕਈ ਲੋਕ ਵਰਤ ਰੱਖਦੇ ਹੈ, ਦਸਵੀਂ ਦਾ ਵਰਤ ਰੱਖਦੇ ਹੈ, ਇਸੇ ਪ੍ਰਕਾਰ ਰਾਮਨੌਮੀ ਦਾ ਰੱਖਦੇ ਹੈ, ਕ੍ਰਿਸ਼ਨ ਅਸ਼ਟਮੀ ਦਾ ਰੱਖਦੇ ਹੈ, ਨਰਸਿੰਘ ਚੌਦਾਂ ਦਾ ਰੱਖਦੇ ਹੈ, ਬਾਵਨ ਦੁਆਸਤੀ ਦਾ ਰੱਖਦੇ ਹੈ,
ਇਉਂ ਵਰਤ ਨੇਮ ਵਰਤ ਆਦਿਕਾਂ ਨੂੰ ਰੱਖਣ ਵਾਲਾ ਹੋਵੇ ਅੱਗੇ ਦਿਨ ਰਾਤ ਨੇਮ ਵਰਤ ਨੇਮ ਨੇਮ ਜਮ ਨੇਮ ਆਦਿਕ ਯੋਗ ਦੇ ਅੰਗ ਹੈ ਇਹਨਾਂ ਨੂੰ ਨੇਮ ਦੇ ਨਾਲ ਦਸ ਨੇਮ ਹੈ ਦਸ ਪ੍ਰਕਾਰ ਦਾ ਜਮ ਹੈ ਉਹਨਾਂ ਤਾਂ ਰਾਤ ਦਿਨ ਕਰਨ ਵਾਲਾ ਹੋਵੇ ਕਾਜੀ ਮੁੱਲਾ ਹੋਵੇ ਸੇਖ ਇਹ ਤਾਂ ਇਹੋ ਜਿਹਾ ਤਾਂ ਹਿੰਦੂ ਹੋਵੇ ਕਰਮ ਕਾਂਡੀ ਅਥਵਾ ਮੁਸਲਮਾਨਾਂ ਚੋਂ ਕਾਜੀ ਹੋਵੇ ਜਿਹੜਾ ਕਾਜੀ ਹੈ ਮੁਸਲਮਾਨਾਂ ਦੀ ਸ਼ਰ੍ਹਾ ਦਾ ਗਿਆਤਾ ਹੋਵੇ ਇਹੋ ਜਿਹਾ ਕਾਜੀ ਭਾਵੇਂ ਹੋਵੇ ਕੋਈ ਬਾਬਾ ਤੋਂ ਖੇਚੂ ਕਰ ਹਿਲਾਉਣਾ ਹੌਲੀ ਹੌਲੀ ਕਰਜੇ ਕਰਨਾ ਕਾਜੀ ਮੁੱਲਾ ਹੋਵੇ ਸੇਖ ਕਹਿੰਦੇ ਕਾਜੀ ਜੇ ਹੋਵੇ ਸ਼ਰ੍ਹਾ ਦਾ ਇਸ ਮੁਸਲਮਾਨ ਦੀ ਸ਼ਰ੍ਹਾ ਦੀ ਵਸਤਾ ਦਾ ਗਿਆਤਾ ਹੋਵੇ ਮੁੱਲਾ ਮਿਲਾਉਣਾ ਹੋਵੇ ਮੁੰਡਿਆਂ ਨੂੰ ਪੜ੍ਹਾਉਣ ਵਾਲਾ ਮਕਸਦ ਵਿੱਚ ਸੇਖ ਤੇ ਸੇਖ ਬਿਰਧ ਜਾਤੀ ਵਾਲਿਆਂ ਨੂੰ ਕਹਿੰਦੇ ਹਨ ਆਪਣੇ ਆਪ ਨੂੰ ਸ਼ੇਖ ਬਿਰਧ ਜਾਤੀ ਵਾਲਾ ਹੋਵੇ ਜੋਗੀ ਜੰਗਮ ਭਗਵੇ ਭੇਖ ਅਥਵਾ ਜੋਗੀਆਂ ਚੋਂ ਕੰਨ ਪਾਟਿਆਂ ਚੋਂ ਗੋਰਖ ਮਾਤੇ ਆਸਰੇ ਵਾਲਾ ਹੋਵੇ ਜੰਗਮ ਸ਼ਿਵਾ ਦੇ ਵਿਆਹ ਗਾਉਣ ਵਾਲਾ ਹੋਵੇ ਚਾਹੇ ਕੋਈ ਚਿੱਟੇ ਬਸਤਰਾਂ ਵਾਲਾ ਹੋਵੇ ਚਾਹੇ ਭਗਵੇਂ ਭੇਸ ਵਾਲਾ ਹੋਵੇ ਕੋ ਗ੍ਰਹੀ ਕਰਮਾ ਕੀ ਸੰਦ ਅਥਵਾ ਕੋਈ ਗ੍ਰਿਸ਼ਤੀ ਹੋਵੇ ਇਹ ਜਿੰਨੇ ਸਾਰੇ ਹੈ ਮਹਾਰਾਜ ਕਹਿੰਦੇ ਕਰਮਾਂ ਦੀ ਸੰਧ ਚ ਜੋੜ ਚ ਜੁੜੇ ਹੋਏ ਹੈ ਕਰਮ ਕਾਂਡ ਚ ਸਾਰੇ ਫਸੇ ਹੋਏ ਹੈ ਜਿੰਨੇ ਹਨਗੇ ਜਿੰਨਾ ਚਿਰ ਕਰਮਾਂ ਦੀ ਸੰਧੀ ਜੋੜ ਵਿੱਚ ਚਿੱਤ ਜੁੜਿਆ ਹੋਇਆ ਹੈ ਉਹ ਬਿਨਾਂ ਵਾਹਿਗੁਰੂ ਦਾ ਸਰੂਪ ਸਮਝੇ ਤੋਂ ਬਗੈਰ ਗੁਰਾਂ ਤੋਂ ਪੁੱਛੇ ਤੋਂ ਬਗੈਰ ਨਾਮ ਨੂੰ ਕਮਾਏ ਤੋਂ ਬਗੈਰ ਵਾਹਿਗੁਰੂ ਦੀ ਸਮਝ ਤੋਂ ਪਾਤੇ ਲੱਖ ਅਰਸ ਦੇ ਸਮਝੇ ਬੁੱਝੇ ਤੋਂ ਬਗੈਰ ਖੜੀਅਸ ਲੈ ਜਾਣਗੇ ਬੰਨ ਕੇ ਜਮਦੂਤ ਉਹਨਾਂ ਨੂੰ ਉਹ ਮੁਕਤ ਨਹੀਂ ਹੋ ਸਕਣਗੇ ਚਾਹੇ ਕੋਈ ਵੀ ਹੋਣ ਖੜੀਅਸ ਖੜੇ ਜਾਣਗੇ ਮਾਝੇ ਦੀ ਬੋਲੀ ਹੈ ਇਸ ਪ੍ਰਕਾਰ ਲਿਜਾਏ ਜਾਣਗੇ ਬੰਨ ਕੇ ਔਗਣਾਂ ਦੇ ਜਿਹੜੇ ਪਾ ਪਾ ਕੇ ਉਹਨਾਂ ਦੇ ਤਾਏ ਜੀ ਲਿਖੀ ਸਰਕਾਰ ਜਿੰਨੇ ਜੀ ਜਨਤਨ ਸਾਰਿਆਂ ਦੇ ਉੱਤੇ ਸਿਰ ਤੇ ਮੱਥੇ ਤੇ ਕਾਰ ਲਿਖੀ ਹੈ ਕਿ ਪਰਮੇਸ਼ਰ ਦਾ ਸਿਮਰਨ ਕਰਕੇ ਮੁਕਤ ਹੋਣੀ ਹੈ ਜਿਹੀ ਜੀ ਕੋਈ ਕਰਨੀ ਕਰਦਾ ਉਹੀ ਜੀ ਉਹਦੀ ਸਾਰ ਸੰਭਾਲ ਹੋਵੇਗੀ ਬਿਨਾਂ ਕਰਨੀ ਤੋਂ ਨੀ ਕਿਸੇ ਨੂੰ ਕੁਝ ਪ੍ਰਾਪਤ ਹੋਣਾ ਕਰਨੀ ਕੀਤੀ ਅਨੁਸਾਰ ਜਿਹੀ ਜੀ ਕਰਨੀ ਕਰੇਗਾ ਉਸ ਅਨੁਸਾਰ ਉਹਦੀ ਸੰਭਾਲ ਹੋਵੇਗੀ ਜਿਹੜਾ ਕਰਨੀ ਭਗਤੀ ਕਰੇਗਾ ਉਹਨੂੰ ਪਰਮੇਸ਼ਰ ਦੀ ਸਾਰ ਪ੍ਰਾਪਤ ਹੋਵੇਗੀ ਹੁਕਮ ਕਰੇ ਮੂਰਖ ਗਾਵਾਰ ਜਿਹੜੇ ਲੋਕ ਥੋੜੇ ਵਾਲੇ ਛਿਲੇ ਕੱਢ ਲੈਂਦੇ ਹੈ ਤੇ ਮੰਤਰ ਵਸ ਕਰ ਲੈਂਦੇ ਹੈ ਕਿਸੇ ਨੂੰ ਕਦੇ ਕਿਸੇ ਨੂੰ ਪ੍ਰੇਤ ਵਸ ਕਰ ਲਿਆ ਕਿਸੇ ਦੇਵਤੇ ਨੂੰ ਵਸ ਕਰ ਲਿਆ ਉਹ ਹੁਕਮ ਕਰੇ ਰੱਬ ਦੇ ਉੱਤੇ ਵੀ ਹੁਕਮ ਕਰਦੇ ਕਿ ਮਹਾਰਾ ਮੇਰੇ ਸੇਵਕ ਦੇ ਪੁੱਤ ਦੇ ਮੇਰੇ ਸੇਵਕ ਦਾ ਮੁਕੱਦਮਾ ਜਿਤਾ ਦੇ ਤਾਂ ਤੇਰਾ ਸੇਵਕ ਮੈਂ ਰਹਾਂਗਾ ਮੈਂ ਇੰਨਾ ਤਪ ਕੀਤਾ ਹੈ ਇਹਦਾ ਇਹ ਫਲ ਮੈਨੂੰ ਦੇ ਇਹ ਮੂਰਖ ਆਦਮੀ ਹੈ ਜਿਹੜੇ ਵਾਹਿਗੁਰੂ ਉੱਤੇ ਹੁਕਮ ਕਰਦੇ ਹੈ ਅਤੇ ਗਵਾਰ ਸਮਝ ਹਨ ਪਰਮਾਰਥ ਵੱਲੋਂ ਸ਼ਾਸਤਰ ਗਿਆਨ ਵੱਲੋਂ ਵੀ ਮੂਰਖ ਹੈ ਤੇ ਪਰਮਾਰਥ ਵੱਲੋਂ ਵੀ ਗਵਾਰ ਹਨਗੇ ਇਸ ਤਰ੍ਹਾਂ ਦਾ ਵਾਹਿਗੁਰੂ ਦੇ ਭਾਣੇ ਨੂੰ ਨਹੀਂ ਮੰਨਦੇ ਰਜਾ ਚ ਨਹੀਂ ਚੱਲਦੇ ਹੁਕਮ ਜਿਹੜੇ ਕਰਦੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਸ਼ਾਸਤਰ ਗਿਆਨ ਵੱਲੋਂ ਵੀ ਮੂਰਖ ਹੈ ਪਰਮਾਰਥ ਵੱਲੋਂ ਵੀ ਗਵਾਰ ਸਮਝ ਹਨ ਗਵਾਲਿਆਂ ਚੰਡਾਲਾਂ ਦੀ ਨਿਆਈ ਹੈ ਗਵਾਲਿਆਂ ਦੀ ਨਿਆਈ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ੇ ਰੂਪੀ ਘਾਹ ਚੁਗਾਉਣ ਵਾਲੇ ਹਨ ਨਾਨਕ ਸਾਚੇ ਕੇ ਸਿਫਤ ਭੰਡਾਰ ਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਈ ਸੱਚੇ ਪਾਤਸ਼ਾਹ ਦੇ ਦਰ ਚੋਂ ਤਾਂ ਜਿਹੜੇ ਪਰਮੇਸ਼ਰ ਦੀ ਸਿਫਤ ਕਰਦੇ ਹੈ ਉਹਨਾਂ ਨੂੰ ਧਰਮ ਅਰਥ ਕਾਮ ਮੋਖ ਦੇ ਭੰਡਾਰੇ ਪ੍ਰਾਪਤ ਹੁੰਦੇ ਹੈ
ਉਹਨਾਂ ਦਾ ਧਰਮ ਵੀ ਪਦਾਰਥ ਵੀ ਕਾਮਨਾ ਵੀ ਪੂਰੀਆਂ ਹੁੰਦੀਆਂ ਹੈ ਤੇ ਮੁਕਤੀ ਵੀ ਪ੍ਰਾਪਤ ਹੁੰਦੀ ਹੈ। ਸੱਚੇ ਦੇ ਘਰ ਤਾਂ ਸਿਫਤੀ ਦੇ ਭੰਡਾਰੇ ਹੈ। ਜੋ ਪਰਮੇਸ਼ੁਰ ਦੀ ਸਿਫਤ ਕਰੇਗਾ, ਚਾਰ ਪਦਾਰਥ ਜੇ ਕੋ ਮੰਗੇ, ਉਹਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ।